रब का भला ते सब दी खैर, तू ते फिर साड़ी ती राणी है, जा तैनू तेरे दिल का जानी जरूर मिलेगा, जरूर मिलेगा, जरूर मिलेगा। बाजी साढ़े साई और तो आ दे दी है, साढ़े सारा दिन अच्छा लंघेगा ते नाले साने साढ़े दिल का जानी भी मिल जाएगा। हाड़ा सोनी ये नी लम्मा गन्ना नी कमा दे दानी, लम्मा गन्ना नी कमा दे दा, मैं ते तेनू एहो दसना नी, लम्मा गन्ना नी कमा। मेहरबानी भैन, तू भैन कही जा अंदर दी बगैर दी लाभ ही जानदा। हया कर सुबह सुबह नूर पीर दे वेले मरे तू काम दी भी गल कर लिया कर। हाड़ा सोनी है नी कदी हस के बुला लिया कर, कदी हस के बुला लिया कर, मोटी हो जाएगी नी ऐ कैप सोल खाल। ऐ कैप्टन घर ले जा, तेरी मां नु पूरा है। साड़ी मां ही कोई नहीं, असी ते नाने दी दुआ ना होए आ। ऐ नाने दी दुआ तू एवी विच पाई है, सीधा कह तजर्बे नाल बने है। ते अपने मां ना दस तजर्बा कोई कल्ला बंदा करदा है। तेरी बगैरती है इन्नियां नु सदा देण दे है। ਓ ਸ਼ਹਿਜ਼ਾਦੀ ਲੱਗੀ ਏ, ਲੈ ਮੈਂ ਦੁੱਧ ਚੋ ਲਿਆਂਦਾ ਈ, ਚੋ ਲਿਆਂਦਾ ਈ ਤੇ ਪਰਚੀ ਖਾਨੇ ਚ ਮਾਰ ਤੇ ਜਾ ਕੇ ਇਹਨੂੰ ਕਾੜ। ਲੈ ਕਮਾਲ ਵਾਲੀ ਗੱਲ ਕਰਨ ਡਈ ਏ, ਦੁੱਧ ਚੋਈਏ ਵੀ ਅਸੀਂ ਤੇ ਦੁੱਧ ਕਾੜੀਏ ਵੀ ਅਸੀਂ, ਫੁੰਮਣ ਨੂੰ ਗੋਲੀ ਮਾਰਨ ਵਾਸਤੇ ਰੱਖਿਆ ਆਈ। ਇਹ ਗੋਲੀ ਵਜੇ ਤੈਨੂੰ, ਖਬਰਦਾਰ ਜੀ ਮੇਰੇ ਫੁੰਮਣ ਨੂੰ ਕੁਛ ਆ ਕੇ ਦੇ, ਤੂੰ ਜਾਣਦਾ ਨਹੀਂ ਉਹ ਸਾਡੇ ਦਿਲ ਦਾ ਜਾਨੀ ਏ, ਜਾਨੀ। ਲੈ ਫੁੰਮਣ ਦਿਲ ਦਾ ਜਾਨੀ ਏ, ਹਾਂ ਤੇ ਜਿਹੜੇ ਅਸੀਂ ਮਰੇ ਪਏ ਆ। ਓ ਸਾਡਾ ਖਿਆਲ ਕਰ ਸ਼ਹਿਜ਼ਾਦੀਏ, ਉਹ ਬਚਪਨ ਦੇ ਵੇਲੇ ਭੁੱਲ ਗਈ ਹੈ। ਨਾ ਨਾ ਉਹ ਵੇਲਾ ਨਾ ਯਾਦ ਕਰਾਈ, ਉਦੋਂ ਮੈਂ ਛੋਟੀ ਹੁੰਨੀ ਸਾਂ। ਮੈਂ ਤੇ ਵੱਡਾ ਹੁੰਦਾ ਸੀ ਨਾ। ਹਾਂ ਬਦਤਮੀਜ਼, ਓਏ ਉਹ ਵਕਤ ਯਾਦ ਕਰ, ਪਿੰਡ ਕੇ ਪੁਰਾਣੇ ਬੋਰਡ ਕੇ ਥੱਲੇ ਹਮ ਮਿਸ਼ਕ ਫਰਮਾਇਆ ਕਰਤੇ ਥੇ, ਤੁਮ ਭਾਂਡੇ ਧੋਇਆ ਕਰਤੀ ਥੀ, ਹਮ ਸੰਡੇ ਨੂੰ ਆਇਆ ਕਰਤੇ ਥੇ। ਆਪਣੀ ਸਿਹਤ ਵੇ ਤੇ ਸੰਡੇ ਨੂੰ ਆਣੇ ਵੇ। ਓ ਛੱਡ ਸ਼ਹਿਜ਼ਾਦੀਏ, ਓ ਵਕਤ ਯਾਦ ਕਰ ਬੋਰਡ ਦੇ ਥੱਲੇ। ਮੈਂ ਸਾਰੇ ਵਕਤ ਮੈਂ ਯਾਦ ਕਰਾਂ, ਤੂੰ ਹੀ ਤਾਂ ਕੋਈ ਵਕਤ ਯਾਦ ਕਰ। ਮੈਂ ਕੀ ਵਕਤ ਯਾਦ ਕਰਾਂ, ਮੇਰੀਆਂ ਤੇ ਅੱਖਾਂ ਕੇ ਪੱਟੀ ਹੁੰਦੀ ਸੀ। ਮਰ ਜਾਣਾ ਕੱਕੀਆਂ ਮੁੱਛਾਂ ਵਾਲਾ। ਓਏ ਉਹ ਵਕਤ ਯਾਦ ਕਰ ਬੋਰਡ, ਮੈਂ ਨਹੀਂ ਕਰਨਾ ਉਹ ਵਕਤ ਯਾਦ। ਚਾ ਬੋਰਡ ਦੇ ਥੱਲੇ ਬਹਿ ਕੇ ਜਦੋਂ ਲੁਕਣ ਮੀਟੀ ਖੇਡਦੇ ਹੁੰਦੇ ਸਾਂ, ਆਹੋ ਸਾਰੇ ਲੱਭ ਜਾਂਦੇ ਸਨ। ਹਾਂ ਅਸੀਂ ਨਹੀਂ ਸੀ ਲੱਭਦੇ। ਆਹੋ ਮੇਰਾ ਅੱਬਾ ਵੀ ਕਹਿੰਦਾ ਸੀ ਮੈਨੂੰ ਲੱਭਣ ਨਹੀਂ ਦਿੰਦਾ। ਓਏ ਆਹੋ ਜਿਹਨੂੰ ਪੈਸੇ ਫੜਾਏ ਹੁਣ ਅਗਲਾ ਲੱਭਣ ਦਿੰਦਾ। ਚਲ ਦਫਾ ਹੋ ਜਾ, ਚਲ ਅਗਰ ਵੱਡੀ ਚਦਰਾਣੀ ਹੋਰੀ ਆ ਗਏ ਤੇ ਤੇਰੇ ਨਾਲ ਨਾਲ ਮੇਰੀ ਵੀ ਸ਼ਾਮਤ ਆ ਜਾਣੀ ਹੈ। ਓਏ ਅਸੀਂ ਤੇਰੇ ਪਿਆਰ ਦੇ ਪਿੱਛੇ ਪਾਗਲ ਹੋਏ ਆ, ਆਪਣੀ ਸੁੱਧ ਬੁੱਧ ਗਵਾ ਬੈਠੇ ਆ ਸ਼ਹਿਜ਼ਾਦੀਏ। ਕੱਲ ਦੀ ਗੱਲ, ਮੈਂ ਹਮਾਮ ਤੇ ਨਹਾਣ ਗਿਆ ਵਾਂ। ਹਾਂ ਹਮਾਮ ਤੋਂ ਨਹਾ ਕੇ ਬਾਹਰ ਆਇਆ, ਲੋਕਾਂ ਨੇ ਮੈਨੂੰ ਵੇਖ ਕੇ ਦੌੜਾ ਲਾਤੀਆਂ। ਉਹ ਕਿਉਂ? ਉਹ ਤੇ ਗਮਾਈ ਮੇਰੇ ਕੋਲ ਆਈ ਆ ਕੇ ਮੈਨੂੰ ਕਹਿੰਦੀ ਸਾਈਂ ਜੀ ਮੇਰੇ ਵੱਲ ਔਲਾਦ ਹੋਏਗੀ। ਫਿਰ ਮੈਨੂੰ ਯਾਦ ਆ ਮੈਂ ਤੇ ਆਪਣੇ ਕੱਪੜੇ ਹਮਾਮ ਤੇ ਭੁੱਲ ਆਇਆ। ਘਬਰਾਨਾ ਕਿਉਂ ਵੇ, ਤੂੰ ਕਿਹੜਾ ਪਹਿਲੀ ਵਾਰੀ ਭੁੱਲੇ? ਓ ਸ਼ਹਿਜ਼ਾਦੀਏ ਤੇਰੀ ਅੱਖ ਦਾ ਜਵਾਬ ਕੋਈ ਨਹੀਂ। ਕਿਉਂ? ਇੱਕ ਇੱਕ ਅੱਖ ਤੇਰੀ ਇੱਕ ਇੱਕ ਲੱਖ ਦੀ। ਹਲੋ 16 ਸਾਲਾਂ ਦੀਆਂ ਅੱਖਾਂ, ਹਾਏ 20 ਸਾਲ ਦੇ ਓਟ, ਹਾਏ 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 10 ਸਾਲ ਦਾ ਮੂੰਹ, ਹਾਏ ਸਾਰੇ ਰਲਾ ਦੀਏ ਤੇ ਤੂੰ 45 ਸਾਲਾਂ ਦੀ ਏ। ਭਰਾ ਨੂੰ ਭੈਣ ਦੀ ਉਮਰ ਦਾ ਪਤਾ ਹੈ? ਐਵੇਂ ਭਰਾ ਨਹੀਂ ਕਹੀਦਾ ਹੁੰਦਾ। ਕਿਉਂ ਨਹੀਂ ਕਹੀਦਾ ਹੁੰਦਾ? ਪਹਿਲੇ ਕਰਤੂਤਾਂ ਪੁੱਛ ਲਈਦੀਆਂ ਹੁੰਦੀਆਂ। ਵੇ ਚੱਲ ਵੇ ਕਰਤੂਤਾ, ਲੈ ਚੱਲ ਕਬਲ ਡੋਇਆ ਤੇ ਚੱਲ ਬਰਚੇ ਖਾਨੇ ਚ। ਚੱਲ ਚੱਲ ਮੈਂ ਨੌ ਨੰਬਰ ਆ, ਇਹ ਤਾਂ ਤੈਨੂੰ ਪਤਾ ਹੈ। ਓ ਸ਼ਹਿਜ਼ਾਦੀਏ, ਵੇ ਸ਼ਹਿਜ਼ਾਦੀਆਂ ਸ਼ਹਿਜ਼ਾਦੀਆਂ ਪਤਾ ਹੈ ਮੈਨੂੰ। ਸ਼ਹਿਜ਼ਾਦੀ ਵੇ ਪਤਾ ਹੈ ਮੈਂ ਸ਼ਹਿਜ਼ਾਦੀਆਂ, ਐਡੇ ਸੋਹਣੇ ਦੰਦ ਨੇ, ਹਾਏ ਜੀ ਕਰਦਾ ਭੰਨ ਦਿਆਂ। ਵੇ ਤਰਸਿਓ ਲੋਕੋ, ਆਏ ਵੇ ਹਾਏ ਹਾਏ ਬੜਾ ਕਰਨਾ, ਆਪਰੇਸ਼ਨ ਕਰਵਾਏ। ਤੈਨੂੰ ਬੜਾ ਪਤਾ ਤੂੰ ਦਾਈ ਦੀ ਧੀ ਹੈ। ਅਮ
अम्मा को पूछ के दसांगी पर दसांगी तेनू जरूर सारिया गल्ला अम्मा को ना पूछी ओ अगो मेरे अबे को पूछ दी तेरे अबे को पूछे क्या होना तेरा अबा भी तो दुनिया का आखिरी बगैरत है शुक्र है अल्लाह तू इस ठीक ठाक हो शुक्र है अल्लाह दुआ
ने अल्लाह तुहानू जिंदगी दे हयाती दे अपना चौधरी साहब नजर नहीं आंदे चौधरी साहब तैयार हो रहे ना लाहौर तरीक पे जाना तू बा तरीक ते बाद जाएंगे पहले मेरे ना मुलाम नु जरूरी काम है वे तू बा ना लस्सी पानी पी और लस्सी पानी नहीं पीनी बड़ा जरूरी काम है तेरा बुलाओ बुला नहीं है बड़े बीबे आदमी ने ये डिछेती की पाएगी ये पागा नु ओए छेती वाला ही काम है रफड़ पे आ गया एक वे जफरू वकील बन गया ते सारी जिंदगी तेरे शरीकां नूं अदालतां ते कचहरियां च रोलदा फिरेगा जे पुलिस च भर्ती हो गया ते अथी गोली मार के पुलिस मुकाबले दा केस बना देगा तेरी जमीन दी ते चौरी आला बख्श दे हुंदे तेरी जमीन ते कोई कब्जा नहीं कर सकता ए साडा वादा है मेरी जमीन वापस मिल जाएगी हाँ अल्लाह तुहानू साडे सिरां ते हमेशा सलामत रखे जिउंदे रहो ते वसदे रहो ताड़ी बड़ी खैर होवे चोरी जी रब राखा बड़ी मेहरबानी चोरी जी ओए चाचा हां ए पठे चुकी फिर रहे तेरे खिचे गए ने चल चोरी साहब एक गल का जवाब तो दियो जबरू हुक्म करो जनाब ओ तू तो नस क्यों आया सर ओ जनाब ताड़े हालात ही हो जे सर ओ पुत्तो डरीदा नहीं हां जी झाका ही होंदा पहले पहले तू डरेगा फिर तू साडना खिंच जाएगा ए तानू वड्डे चौधरी साहब मेरा ख्याल एहो ही कहंदे रहे ने के खैर
चौधरी गौर करो चौधरी साहब एडे नेक ने इन्हां दी नेकियां दे चर्चे पूरे पिंड च पए ने चौधरी साहब ए मर के जान किन्नू देनी है अल्लाह नू खल मैनू दे देना ए खल तैनू दे दिए तू मां दी पंपी बनवानी आ नहीं जी प्यो दा खुसा गंडना आला फड़ ए अपने प्यो नू ध्यान नाल अंदर लै जा ए मेरे प्यो नू तुसी आण क्यों दें दे हो चौधरी साहब कोई कम होवे कोई हुक्म होवे मेनू ना दसना लांती गया ना होवे ते मैं क्या असी अदालत जाना ਸਾਡੀ ਰੋਟੀ ਟੁੱਕਰ ਦਾ ਕੋਈ ਇੰਤਜ਼ਾਮ ਕੀਤਾ ਇਹ ਤੁਹਾਡੇ ਕਹਿਣ ਵਾਲੀ ਗੱਲ ਹੈ ਬੀਵੀ ਹੋ ਤੇ ਕਾਦੇ ਵਾਸਤੇ ਮੈਨੂੰ ਜਿਹੜੇ ਫਿਕਰ ਨੇ ਮੇਰੇ ਫਰਜ਼ ਨੇ ਮੈਂ ਪੂਰੇ ਕਰਾਂਗੀ ਤੂੰ ਘਬਰਾਇਆ ਨਾ ਕਰ ਚੌਧਰੀ ਵੇ ਫੁਮਨਾ ਫੁਮਨ ਜਦੋਂ ਆਵਾਜ਼ ਮਾਰੋ ਉਹਦੇ ਫੁਮਨ रोटी बन दी बस ठीक कौड़ी ना हो जाए कि पिछली दफे चौधरी ने शहर खाना खादा सी ना तो तबीयत खराब थी गई सी आप खराब होनी सी डड्डू खा लिया सी चौधरी अपने बागां दी इको रह गई जे लै जा कुल्ले आला बपारी बैठा जे चुनाणिये खट्टी मोड़दा जे चुनाणिये तेनू की पता होवे रोटी ते कंडा रख के खा लेनी कौमे असी चौधरी लोग जो शहर च जाने ते वकीलां नाल बह के सानू वड्डे होटलां च चाइनीज खाना पैंदा अपनी इज्जत बनाण लई अच्छे लगते ने टीडी चे नहीं ना बाजार है बाजार मेरे नाला भी वड्डा ਉਥੇ ਬੰਦਾ ਜਾਂਦਾ ਬਾਜ਼ਾਰੋਂ ਤੇ ਵੇ ਹਾਂ ਆਂਦਾ ਸਾਈਕਲ ਤੇ ਵੇ ਤੇ ਧੋਤੀ ਚੈਨ ਚ ਫਸੀ ਹੁੰਦੀ ਏ ਔਰ ਉਹ ਸਾਈਕਲ ਚ ਫਸਦੀ ਏ ਧੋਤੀ ਜਿਹਦੇ ਕੁੱਤੇ ਫੇਲ ਹੋਏ ਹੁੰਦੇ ਐਪ ਕੀ ਫੇਲ ਹੋ ਗਏ ਹੋ ਮੈਂ ਚੌਧਰੀ ਆ ਵੱਡਾ ਬਾਜ਼ਾਰ ਚ ਬੜੀਆਂ ਰੌਣਕਾਂ ਹੁੰਦੀਆਂ ਨੇ ਬੜੀਆਂ ਰੌਣਕਾਂ ਹੁੰਦੀਆਂ ਇਹਦੀ ਮਾਂ ਨੇ ਉੱਥੇ ਪੰਗੂੜੇ ਲਾਏ ਹੁੰਦੇ ਆ प्यो ने लाए होंगे ने चुतराणी नू भाओ पंगूड़े च क्या बात है फिर चुतराणी पंगूड़े च बह के कहेगी क्या भाई भाई जोर दी फिर मेरा प्यो मरदा मरदा जोर ला ही देगा बकवास करता डांती जाना होवे ते बड़िया रौनक होंदिया ने वड्डे बाजार च आडा आडा बलब बलिया होंदा है जिन्हां दा बलब ना ना बलिया होवे उन्हों का काम ठंडा होता
ਬਲਬ ਲੱਗੇ ਹੁੰਦੇ ਨੇ ਉੱਥੇ ਰੌਣਕਾਂ ਕਿਹੜੇ ਬਲਬ ਨੇ ਚੌਧਰੀ ਓਏ ਮੈਂ ਬਕਵਾਸ ਕਰਦਾ ਕਿਹੜੇ ਬਲਬ ਲੱਗੇ ਹੁੰਦੇ ਲੱਗੇ ਨਹੀਂ ਐਂਡੀਆਂ ਲਾਈਟਾਂ ਲੱਗੀਆਂ ਸਨ ਉੱਥੇ ਓਏ ਉਹ ਪੈਟਰੋਲ ਪੰਪ ਤੇ ਜਾਈਦਾ ਮੈਂ ਜਦੋਂ ਅਸੀਂ ਪੈਟਰੋਲ ਪਵਾਉਣ ਲਈ ਤੇ ਉੱਥੇ ਬਲਬ ਲੱਗੇ ਹੁੰਦੇ ਆ ਗੱਡੀ ਦੇ ਆ ਤੇ ਇਹੋ ਜਿਹਾ ਬਗਲੋਲ ਪੈਟਰੋਲ ਪੰਪ ਤੇ ਲਾਈਟਾਂ ਵੇਖ ਕੇ ਤੇ ਦੁਆ ਸ਼ੁਰੂ ਕਰ ਦਿੰਦੇ ਨੇ ਬਾਬਾ ਪੈਟਰੋਲ ਸਾਈਂ दुआ करो मेरी सुजुकी फस के चल दी है ए हुन तन्नू मैं पेट्रोल पंप ते खड़ के ना तेरी किसे ने टैंकी फुल करनी है तू बड़ी बकबक करन लग पया नांतिया केड़ा बड़े बाजार दा जिक्र ला ले ए चौधरी एडियां रौनका ने बड़े बाजार चेड़े पगूड़े ने सानू नहीं पता सी भी वेखना बड़ा बाजार तुसी ना जाना मैं जाना है ताडा फिर दिल लग जाएगा उठे फिर जो शेर साहब बड़े मंजे दे बैग तेरी मत बज गई चौधरानिए क्यों वड्डा बाजार वेखना उथे वड्डे बाजार च नहीं जाईदा उथे औरतां नहीं जांदियां ले औरतां नहीं जांदियां उथे हुंदियां ही औरतां ने बकवास करना नांतिया तू बकवास करना तैनू शर्म नहीं आंदी किहो जिहियां गल्लां करना चौधरानी नू वड्डे बाजार खड़ना बेगारता चल चुप करके बाहर गड्डी च बैठ चुप करके गड्डी दे विच बह जा जे बोलेगी चपेड़ बजेगी दबो हो जाइए डब्बा रोटियां दा चुक वे तत्ती है तत्ती दा मजा ही कुछ होर है बकवास करदा डा ए नो कर नु बहुत से चढ़ाया तुसी अब्बा जी अब्बा जी हुन भी तुसी शहरो खाली हाथ आए कुछ हो गया ते थां मर जांगे थां मरन दी तेरे जोगा मैं जी बड़ा वा जवान पुत्र दे प्यो भी गज वज के असि तेरे प्यो जरूर हाँ गज वज के पर जो हक असि धी राणी नूं दिता ओ तन्नू नहीं दिता भाईया ओए गल सुन वे चौधरी ए तियां पराया धन हुंदियां ने इन्हां ने इन्हां प्यार नहीं करीगा ओ ओए सरी ते असि पुत्र दे प्यार भी जेड़ा ने इहदी झोली च पा दिता क्योंकि तियां दा की पता हुंदा इन्हें किसले उठ जाना चौरी साहब तुसी गल्लां च लगे ओ मैं गड्डी कोल खलो खलो के थक गया ते तू मर जो बह जाना सी गड्डी च ताडे वाली सीट ते लोकां ने कहना ही चोरी बैठा मैं फैसला कर देना ही कोई पुट्ठा सीधा ए अपना मुंह वेख तेरे वर्गे चौधरी हुंदे आ होर तेरे पनवैये हुंदे ने फ्री है मेरे ना फ्री बकवास करन दिया है एदे राज ने मेरे को क्या राज है सब कुछ दसो तेरे वर्गे चौधरी हो ना पिंडा च ते कामे आके कहंदे चौधरी जी बदमाश मेरी भैन नु चुक के लै गए ने तेरे वर्गा चौधरी कहना मैं की करा जी परसों दी मेरी भी लै गए ने चौधरी नहीं गा पांडी ए वेखी जेबां च हाथ ने ना बाहर कढेगा लांती ऐ ना हराया करो क्यों फिर टीवी च डब्बियां आन डै पैंदियां ने बकवास करे चौधरी ने वेख के गल करेगा चौधरी ना बनया कर ए चौधरी है नहीं तू चौधरी है एहो जे चौधरी शहर च हुंदे ने जिन्हां नूं औरतां कहंदियां वे चौधरी तैनूं शर्म नहीं आती अज फिर कूड़ा साडे बूहे के ला गया ते एहो जे चौधरी कसाफी स्टेडियम ढोल वजाण डै हुंदे ने धंग धंग बकवास बड़ा धंग धंग धप धंग धंग आ मेरे वर्गे चौधरी ढोल वजांदे इहदी मां अगे धमाल पा रही हुंदी ओ मलंगनी है चौधरी हसदा ते लगदा कोई बूली कुत्ता संडे फ्री हां पच फ्री हां एडा भी फ्री नहीं तू ओदे राज ने मेरे को ए केड़े राज ने मैं कोई दसो वड्डे बाजार
बकवास बंद कर लांती कमी बदतमीज घटिया ना जात दा कमी हो के तौर जाना जफे पांदा ए चोरी है एहो जे घोड़े ते चढ़ के किले पुटण डए हुंदे ने मैं किसे दिन गुस्से च आके तेरी किली पुट छड़ी है लांतिया किली ना पुटना ओदे ते मेरे प्यो दा कोट टंगे है चौधरी हूं गल इथो तक ही रवे चुमे आना ना मैं तुसी मैं चुमे हूं उन्होंने भी चुमो मैं सुआब हो जाएगा ए मेरा हौसला मैं तेरी चुमी लेना पुत हाला तू जिडा जरीना तू कुत्ते दी चुमी लवे कुत्ता फुड़ के मर जांदा आ मैनू किन्ना भी प्यार आया होवे मैं नहीं कदी तुहानू चुमिया बकवास करदा डांती जाना होवे ते चल चलिए हाला तीरा लो मैं शहर चलिया ते तेरे लिए चीजा लै के आवांगा रब राखा पुत्र रब राखा रब राखा काल पुत्र रब राखा अला भी चुरानी है रब राखा ठीक है ये सारे नु मिलन दा है और नहर च टुपन चले हो और लांतिया तरीक ते चले हैं शहर जा रहे हैं साधा की पता होंदा बंदे दा हां नहीं अल्लाह खैर तुसी नहीं मारदे क्यों मैं ही मरवावांगा जद तुहानू मरवावांगा बकवास करदा हमेशा भेती मरवांदा है चलो चल जा दफा अला भी रब राखा रब राखा गल सुन वे केड़ी मेरी गल सुन शहर जाके चौधरी दा चंगी तरह ध्यान रखना ही पर छावे वांगू ना लड़ना ही मैं ते चौधरी साहब नाल इंज जुड़या रहंगा जिवें गटर नाल मक्खी मैं ना जुड़या रहेगा ताकि मैनू भी पलीत करेगा अजे सुबह मैं नाता लांतिया मैनू बाहर बिठा के आ फिर गल्लां च लग गया गल्लां दी गल रे चंगा भी रब राखा रब राखा चंगा जी रख रापा रख रापा ए बहुत बकवास करदा है गबरू जवान है जेड़ा अपनी जिंदगी दा फैसला ओ गलत नहीं कर सकदा पुत्रा सियाणे आखदे ने हमेशा तारू डुबदा है जेड़ा पानी कोलो डरे ओ डुबन दा के डर होवे ओ गल ते तू ठीक कीती है चुदराणी मां पर अपनी खोपड़ी च नहीं पई ओ गज वज के ओ पेंशन लिए ओ मैं चलिया डेरे ते ते दो चार बंदियां नाल ना वादू टुकड़ पका के भेज दई मैं वीर नु पहला कदी शिकायत दा मौका मिले मैं पता है मेरा भी रेस्टोरेंट चौधरी का पुत्र है जेड़ा कल्ला बैठ के नहीं खा सकता ए बड़े भयंकर ओपा ना है वे कल और दिन मनांगी जिस दिन रन ते हुक्म चलावेगा ओ चुराणी मां तू साडे प्यो दा कदी हुक्म टाले तौबा कर तौबा छड़ी डी के जरूरत ते मेरिया लगा च भी उसे प्यो दा खून है जेड़ा हुक्म ना मने ओन मौत दे फरिश्ते नाल सलामी करनी पैंदी है गज वज के ओ अच्छा चुराणी मां और रब राखा पुत्रा जिंदा रहे ले विशालिए तू घर का ध्यान रख मैं तेरी फूफी दे घर हो के आनी पई हां ले मां अबे दे जांदे तेनु कोई ना कोई रिश्तेदार याद आ जांदा है नी पुत्रा ए ओ ते रिश्तेदारियां होर गूड़ियां हो जानी है जदों तेरा टोला जाना उस घर च मां तेनु कन्नी वारी आख्या मेरे नाल एहो जी गल्ला ना करे अब आखिर कदों तक शर्मांदी रहवेंगी आखिर ते टोले च बह के जाना पड़ना उस घर मां तियां की रोटियां तो बहुत महंगी होंदी ने ਜਿਹੜੇ ਤੁਸੀਂ ਟਿੱਕੇ ਮਾਰ ਕੇ ਕੱਢ ਦਿੰਦੇ ਹੋ ਪੁੱਤਰਾ ਇਹ ਰਸਮ ਨਾ ਬਣੀ ਹੁੰਦੀ ਤੇ ਕੋਈ ਵੀ ਮਾਂ ਆਪਣੇ ਦਿਲ ਦਾ ਟੋਟਾ ਕੱਢ ਕੇ ਕਿਸੇ ਦੂਜੇ ਦੇ ਹਵਾਲੇ ਨਾ ਕਰਦੀ ਇਹਦੀ ਹਿਫਾਜ਼ਤ ਤਾਂ ਸੋਣਾ ਰੱਬ ਹੀ ਕਰ ਸਕਦਾ ਹੈ ਕਿ ਅੱਜ ਦੇ ਹਮ ਜਗ੍ਹਾ ਤੇ ਜਾਵੇਗਾ ਉਹ ਜਗ੍ਹਾ ਵਾਲੇ ਮਹਿਫੂਜ਼ ਰੱਖ ਸਕਦੇ ਨੇ ਵਰਨਾ ਇਸ ਰਿਸ਼ਤੇ ਦੀ ਕੋਈ ਹਿਫਾਜ਼ਤ ਨਹੀਂ ਕਰ ਸਕਦਾ ਮੈਂ ਇਹ ਹੋ ਕੇ ਆ ਨਹੀਂ ਪਈ ਆ ਇਹ ਮਾਂ ਨੂੰ ਹੁਣ ਕੌਣ ਸਮਝਾਵੇ ਸਿਆਣੇ ਕਹਿੰਦੇ ਨੇ ਕਾਂ ਬਨੇਰੇ ਦੇ ਆਏ ਤੇ ਕੋਈ ਫਰੋਨਾ ਆਂਦਾ ਹੈ
कबूतर आवे ते हबरे कौन आंदा है? हाय मैं मर गई। कौन है तू? जी ही आ गया? जी मैं जी। तू जो भी सानू की ए दस इथे की लेना है। ओ जी दो प्यार करने वाले बिछड़ने लगे सर ते उन्हां दा मिलाप करान लई इथे आया जी। अच्छा ते तू एक काम करना है। देखो जी दो प्यार करने वाले बिछड़ने लगे सर ते उन्हां दा मिलाप कराना कोई बुरा काम ते नहीं जी। हाय मर गई। तू तो बड़ा ही बेशर्म है बाउ। दसो जी आ तेरी बेशर्मी वाली केड़ी गल है? मेरा कबूतर उठ के ताडे वेड़े जाके बह गया ते कबूतरी नमाने दी गुटर गुटर नु सुन के ते मैं पागल हो चलिया सा ते उन्हां दा मिलाप करान लई मैं इत्थे आ गया जी। अच्छा ते कबूतर सेरा है? जी जी मैं जी ए शहरो जोड़ा लेके आया सा जी। किन्ना पुराना है? अरे नहीं जी मैं पुराना नहीं है जी, अपना ए चोसा दी जमीना दे काम नहीं करता कामू। मैं ओदा पुत्र आ जी, शहर गया सा पढ़न लई। की पढ़ के आए शहरो? जी प्यार जी। जी ओ मेरा मतलब है जी के सब नाल प्यार करो ते फिर सोना रब ताडा भी प्यार करेगा जी। मैं अपना कबूतर फड़ ला जी। हां हां तू एक कबूतर ले जा सकते। बड़ी मेहरबानी जी, बहुत शुक्रिया। फड़या जे यार किश्ती ना करा दी ओ लाना होवे पूरी कवे कबूतर नहीं फड़या जांदा। बड़ी मेहरबानी जी, रब राखा जी। तेरा नाम की है? जी जी हैदर जी। हैदर मेनू शाली कहंदे। मेनू पता है जी। हैं साडी नाल तेनू कीवें पता? देखो जी मालका दा नाम नौकर किवें भूल सकदे ने जी, मैनू पता है। अच्छा जी रब राखा जी। ठीक है
किधरे ऐस भाव मनु पटरी जो दिन गाँव आया नहीं तेनू पटरी तो कौन ला सकता है आ रानो की हाल चाल है बड़े दिन बाद आई है सूर्य घर बहुता दिल लग गया सी नहीं दिल ना भी लगे ते मापिया की इज्जत की खातर लाना पैंदा ऐदा मतलब तेन बार मर्जी का नहीं मिलिया नहीं चलिए तिया नमानिया ते होंदिया ही गुंगिया ने जिन्हों जेड़े पासे मापे टोरते ने टुर जांदिया ने ते जे वार मर्जी का मिलन लग पवे ते तलाक दा लफ़ज दुनिया तो कदों दा मुक जाए की मतलब है गल तलाक तक पहुंच गई नहीं आई ते आ जाएगी फैसला भी तेरे प्यो चौधरी ने करना है नी झगड़े दी वजह मुंडे दी चतर चलाक मां ते चुड्डू प्यो दी है जेड़ा आप ते हुक्का फड़ के बैठा रहंदा है पुत्र नु मना भी नहीं करदा जुआ ना खेडे हाय ओ जवाबी है नी ओ शराबी भी है नशे च गाना भी सुनन वास्ते जांदा है नी शालिए मापियां दी गलत फैसले दे सूली दे तियां नु चढ़ना पैंदा है मैं घरों लड़ के आ गई हूं जो होएगा वेखी जाएगी ओहो गल्ला गल्ला इस मेरे लस्सी पानी पूछना भूल गए तो ते बैठ मैं तेरे वास्ते रोटी पानी का बंदोबस्त करके आई तू रोज के थे बैठी है ते मैं सारे पेंच तो लभद आ रही हूं नहीं ते तू मेनू लभ के की कहना है कोई कसर रह गई है जेड़ी पूरी करने वास्ते आ गई है ओहो नशे दी हाल जी कोई चंगी मंदी गल मुंह निकल गई है ते रब दा वास्ते माफ कर दे माफ कर दे अबे टाइम की हो गया हुन टाइम की हो गया जदों घर सा उदों तैनू कोई टाइम याद नहीं सी हुन टाइम की हो गया वे तू पहले गलती करने फिर माफी मांगना तुसी मरद ते होंदे सराने दे सापो ओ चल गुस्सा थुक दे मेरी जान रब दा ओए चल घर चलिए अबे टाइम की हो गया वे केड़े घर उस घर जिस घर मेरी हसीयत इक नौकरानी वर्गी भी नहीं ओथे राज तेरे मापिया दा चलदा है जिन्हां दी मर्जी तो बगैर मैं हमसाया नूं सालन भी नहीं दे सकदी ए मेरी मजबूरी है मैं तेनूं खुश रखण वास्ते अपने मापिया नूं घरों नहीं कढ सकदा ते जा फिर मापिया नाल जिंदगी गुजार मेरे कोल की लैण वास्ते आया मैं तेनूं इस पिंड चों सिर बन के चार बंदियां नाल ब्याह कर गया सां मैनूं सागर सल गया ओथे रिश्ते लाए रखण वास्ते तेनूं मैं लैण आया चल घर चलिए मैं तेनू कह दिता मैं तेरे घर नहीं वसना नहीं वसना नहीं वसना चल घर चलिए देख टाइम की हो गया टाइम की हो गया चल घर चलिए जे तेरे जे बंदे नु टाइमा दी जरूरत होवे ना ते अपनी बीवियां दी इज्जत करन चल घर चलिए मैं तेनू कहता मैं तेरे घर नहीं वसना हां तू किवें दे चल घर मैं तेनू कह मेरा हाथ छड़ ओए मैं तेरा छड़ चल मेरी बात छड़ दे ए मेरी बीवी है ते ए साडी हवेली है जिथे सिर्फ ਸਾਡਾ ਹੁਕਮ ਚੱਲਦਾ ਤੇਰਾ ਪਿਓ ਇਸ ਪਿੰਡ ਦਾ ਚੌਧਰੀ ਹੈ ਤੇ ਮੈਂ ਇਸ ਪਿੰਡ ਦਾ ਜਵਾਈ ਤੇ ਜੋਈਨ ਹੁਕਮ ਨਹੀਂ ਅਰਜ਼ ਕਰੀ ਦੀਏ ਵੇ ਅਰਜ਼ ਉਥੇ ਕੀਤੀ ਜਾਂਦੀ ਹੈ ਜਿੱਥੇ ਇੱਜ਼ਤ ਕਰਵਾਉਣ ਵਾਲੇ ਨੂੰ ਆਪਣੀ ਜਾਂ ਦੂਸਰੇ ਦੀ ਇੱਜ਼ਤ ਕਰਨ ਦਾ ਬਲ ਲਾਏ ਛੱਡ ਤੇਰੀ ਕਿਸਮਤ ਚੰਗੀ ਹੈ ਵੇ ਕਿ ਮੇਰਾ ਮੁਨਸਿਬ ਪਿਓ ਤੇ ਗੈਰਤਮੰਦ ਵੀਰ ਇੱਥੇ ਮੌਜੂਦ ਨਹੀਂ ਵੰਦਾ ਦੇ ਗੁਸਤਾਖ ਜ਼ੁਬਾਨ ਹਮੇਸ਼ਾ ਲਈ ਚੁੱਪ ਹੋ ਜਾਂਦੀ ਦਫਾ ਹੋ ਜਾ ਤੋ ਆਪਣੀ ਸਹੇਲੀ ਕੋ ਬਿਸ ਕਰਾ ਕੇ ਚੰਗਾ ਨਹੀਂ ਕਿਧਰ ਆਉਂ ਸਹੇਲੀ ਦਾ ਯਾਰਾਨਾ ਤੋਂ ਮਿਜਾਜ਼ ਖੁਦਾ ਨੂੰ ਕੁਰਬਾਨ ਕਰਤਾ ਹੈ ਚੰਗਾ ਨਹੀਂ ਕੀਤਾ ਰਾਣਾ ਚੰਗਾ ਨਹੀਂ ਕੀਤਾ ਨਿਕਲ ਜਾ ਤੋ ਨਿਪੜ ਲਵਾਂ ਤੇਰੇ ਨਾਲ ਵੀ ਦੇਖ ਲਾਂਗੇ ਤੈਨੂੰ ਵੱਡਾ ਬਣੀ ਫਿਰਦਾ ਟਾਈਮ ਕੀ ਹੋ ਗਿਆ ਚੌਰੀ ਸਾਹਿਬ ਤੁਸੀਂ ਤਾਂ ਮੈਨੂੰ ਖੋਤਾ ਹੀ ਬਣਾ ਰਿਹਾ ਕੀ ਮਤਲਬ ਖੋਤਾ ਖੋਤਾ ਤੂੰ ਹੈ ਹੀ ਖੋਤਾ ਤੂੰ ਹੈ ਹੀ ਮੈਂ ਤੇਰੀ ਮਾਂ ਦੀ ਕਬਰ ਤੇ ਮਿੱਟੀ ਪਾ ਆਇਆ ਅੱਗੋ ਜਵਾਬ ਦੇਣਾ ਤੀ ਰਾਣੀ ਨੂੰ ਖੋਤਿਆ ਖੋਤਾ ਤੂੰ ਕਿੱਥੋਂ ਖੋਤਾ ਮੈਂ ਸ਼ੇਰ ਹਾਂ ਤੂੰ ਉਹ ਸ਼ੇਰ ਹੈ ਜਿਹਨੂੰ ਪਤਾ ਕੀ ਕਹੀਦਾ ਸ਼ੇਰ ਬਾਣਾ ਸ਼ੇਰ ਸਹੀ ਕਿਹਾ ਸੀ ਨਾ ਮੈਂ ਚੌਰੀ ਸਾਹਿਬ ਨਹੀਂ ਇਹ ਭਾਂਡੇ ਨਹੀਂ ਯਕੀਨ ਦੇ ਆ ਵੇਖ ਲੋ ਤੁਸੀਂ ਚੌਰੀ ਸਾਹਿਬ ਉਹ ਤਾਂ ਗੈਰਤਮੰਦ ਹੁੰਦੇ ਨੇ ਤੇ ਮੈਂ ਕੀ ਆ ਤੁਸੀਂ ਵੱਡੇ ਬਾਜ਼ਾਰ ਕਿਉਂ ਜਾਂਦੇ ਧੀ ਰਾਣੀ ਖਰੋਤੀ ਡਾਂਤੀ ਇੱਥੇ ਵੱਡੇ ਬਾਜ਼ਾਰ ਦੀ ਗੱਲ ਨਾ ਕਰ ਚਲੋ ਠੀਕ ਹੈ ਬੇਗੈਰਤਾ ਵੱਡੇ ਬਾਜ਼ਾਰ ਨਹੀਂ ਜਾਂਦੇ ਨਾਲ ਹੀ ਇੱਕ ਛੋਟਾ ਬਾਜ਼ਾਰ ਹੈ ਉੱਧਰ ਜਾ ਵੜਦੇ ਨੇ ਤੇਰੀ ਜ਼ਬਾਨ ਨਾ ਕਿਸੇ ਵੇਲੇ ਮੈਂ ਕੈਂਚੀ ਨਾ ਕੱਟ ਦੇਣੀ ਹੈ ਡਾਂਤੀਆ ਕੈਂਚੀ ਨਾ ਸਲਾਮ ਚਾਚਾ ਵਾਲੇਕੁਮ ਸਲਾਮ ਕੀ ਹਾਲ ਧੀ ਰਾਣੋ ਸ਼ੁਕਰ ਹੈ ਅੱਲਾ ਦਾ ਚਾਚਾ ਮੈਂ ਕਿਹਾ ਹੁਣੇ ਆਈਆਂ ਚਾਚਾ ਨਹੀਂ ਗਲਾਸ ਇੰਜ ਕਰ ਕਾਸ਼ ਮੈਂ ਗਲਾਸ ਹੁੰਦਾ ਤੂੰ ਗਲਾਸ ਹੁੰਦਾ ਮੈਂ ਤੇਰੇ ਵਿੱਚ ਹੁੰਦਾ
फिर तेन पता लगता फिर तेन पता लगता लांती जो गिलास अंदर सुटता तो फिर ढेर सारा रश तेरे अंदर पैंदा पांड तीरानो आ वेख ला असि तेरा समान पूरा लै आए पुत्र पर अब्बा अन्ना समान लैण की लोड़ सी लोड़ क्यों नहीं घी की फरमाइश सी प्यो पूरी कि करता भावे जिंद बेचनी पैदी फरमाइश जरूर पूरी करनी ओ क्यों नहीं चौधरानिए मेरे बस चोवे ना ते मैं समान तो तारे तोड़ के अपनी धी की चोली च पा दिया जमीन च खीरा पुट नहीं सकता लक तो हाथ ला लो खैर बकवास करन रे कोते ना पोतर गाल सुनवे शहर जाके खाना खवाया सी चौधरी नु खाना भी खवाया सी ते 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 की ना ए के वड्डी बीबी उनी की वड्डी बीबी ओए एदी भैन है ना वड्डी बीबी वड्डा हल्ला तिरगड़दा तिरगड़दा तिरगड़धा ए ए तन्नू आज अज तेरी तिरगड़ा तिरगड़ा था जेड़ी है ना अज मैं सही करांगा पुत तुसी चलो मैं समान भेजना चलो चौधरी छेती है मन तेरे काम हां काम में आज सवेरे काम पै गया ओ जबरू ओए चोरी इधर मारो एनु अपने नाल ही रखे अज ओए साडे नाल ही रहंदा हर वेले आ सही गल है तानू नजर नहीं लगेगी इधर आ ओए तू कौन है चिकड़ पानो दे बच्चे इधर समान चुक के अंदर रख मैं तेरे पियो दा नौकर हां ओ ओदा नौकर नहीं आहो हैं आहो ते मेरा क्यों नहीं तेरा ते मैं बनवाईया हां हाली नहीं साडी बिल्ली ने बच्चे दित्ते तमाशबीन है तमाशबीन लाल बेगां दा खुरे च मुजरा सुनन दिया हुंदा कहंदा साडी बिल्ली ने बच्चे एदा नक कुटांगे मुंह चो किरलियां निकलन गियां ओ जा तब एदा जे की गल कर गल गल कर ओ गल कर गल कर किसे कुत्ते दे अखर गोशा मेरी गल हेलो ए बंदा जे ए हाथ ने लगदा अदरक वेल्डिंग कीता है मेनू दे चौधरी साहब ताडे ते हैरानगी आंदी है ओके रूड़ी उत्ते चादरां सुटियां है ओए साडा खास मुलाकात इधर समान चुक आके चल समान चुक के तेरे मैं थप्पड़ मारा पर मैं कभी चिकर हाथ नहीं मारे हाथ ना पहुंचे तू कौड़ी ओ तू कना सुटे बार बार रहना तेन कोई बद दुआ तो नहीं भैन तेटिया डरा कोई डर दे मारे भैन की गल नहीं करता है कोई चौधरी है गल चल चुक समान चुक चल जी रानी दे कमरे च लै जा ओए तू मैनू चुकाया हाँ। अल्लाह तेनू चुके बहुत लांती चौधरी साहब हाँ ये सैलो बदलो हौली हो गया जे ਮੁੰਦਰੀ ਪਾਈ ਕੀ ਗੱਲ ਭੈਣ ਨਸ ਗਈ ਹੋ ਇਹ ਨਾ
ਕੋਈ ਤੰਦੂਰ ਗੱਲ ਕਰ ਅੰਦਰੋਂ ਕੱਢ ਗੱਲ ਕੋਈ ਕਿਹੜਾ ਤੰਦੂਰ ਆਇਆ ਨਹੀਂ ਤੂੰ ਓ ਤੂੰ ਓ ਤੂੰ ਚੱਲ ਵੇ ਕਿਆ ਕੁਛ ਮਰ ਜਾਣਿਆ ਕਿਆ ਕਿਧਰੋਂ ਲਾ ਵੀ ਲੱਭੇ ਨਾ ਲਾ ਤਾਂ ਲੱਭਦਾ ਨਹੀਂ ਨਾ ਅਸੀਂ ਲੱਭਣ ਦੇ ਚੀਤੀ ਐ ਚੀਤੀ ਚੀਤੀ ਤੇ ਤੂੰ ਵੀ ਚੀਤਾ ਬਣ ਮਰ ਜਾਣਿਆ ਕੁੱਤੀਏ ਮੇਰਾ ਘਰ ਕਾ ਕੁਛ ਕਹਿ ਕੇ ਸੁਣ ਤੰਦੂਰ ਤਪਾਇਆ ਹੀ ਨਾ ਬੜਾ ਸਖਤ ਕਰਕੇ ਹੁਣ ਤੇ ਬੁਝਣ ਵਾਲਾ ਹੁਣ ਕੀ ਲਵਾਣਾ ਹੀ ਉਥੋਂ ਮੈਂ ਉਥੋਂ ਵਲਾਂ ਵਾਲਾ ਪਰੌਂਠਾ ਵਲਾਂ ਵਾਲਾ ਪਰੌਂਠਾ ਹੈ ਵਲਾਂ ਵਾਲਾ ਪਰੌਂਠਾ ਉਹ ਨਾ ਖਾਈ ਕਿਉਂ ਅੰਦਰ ਜਾਂਦਾ ਹੀ ਖੁੱਲ ਜਾਂਦਾ ਹੈ
इधर आ ना तेरा नहीं यार आ मेरे ते बड़ी सवारी पाई होंगी भैन दे अगे गल नहीं निकली तेन कसम लगे ओ किसी की गल निकलती है नहीं ये सच ओ है अग ही तेन कहने के असी अग च हथ पा मैं क्या चलो चाह ही गर्म कर ली है इधर आ तेरी चाह हथ पा गर्म करना इधर हो नौतिया हूं तू सच अपनी सड़क दे बचाओ तो 5-7 बारी नंगो
ਉੱਥੇ ਲੰਘ ਜਾਣਾ ਫਿਰ ਤੁਹਾਡੀਆਂ ਚੀਖਾਂ ਨਿਕਲਣੀਆਂ ਨੇ ਓਏ ਉਹ ਬਾਤ ਦੀ ਗੱਲ ਹੈ ਘਰ ਦਾ ਕੀ ਇਹ ਖੱਟ ਮਲ ਜਿਆ ਸੱਜਣੇ ਦੀ ਮੰਜੀ 'ਚ ਪੈਣਾ ਮੈਂ ਵੀ ਤੇ ਸੱਜਣ ਮੰਜੀ 'ਚ ਡੰਡੇ ਮਾਰ ਕੇ ਖੱਟ ਮਲ ਬਾਹਰ ਸੁੱਟਣਗੇ ਤੇ ਕੀ ਅਸੀਂ ਵੀ ਯਾਰਾਂ 'ਚ ਕਹਾਂਗੇ ਓ ਯਾਰ ਅੱਜ ਤੇਰੀ ਭਾਬੀ ਨੇ ਕੁੱਟਿਆ ਮੈਂ ਜਿੰਨੀ ਮਰਜ਼ੀ ਤੇਰੀ ਬਿਸਤੀ ਕਰਾਂ ਤੂੰ ਹੈਗਾ ਠਰਕੀ ਦਾ ਠਰਕੀ ਤੇ ਕੀ ਐਸੀ ਦੁਨੀਆ ਤੇ ਨਹੀਂ ਆਇਆ ਮਰ ਜਾਇਓ ਮਾਂ ਜਿਹਨੇ ਤੈਨੂੰ ਦੁਨੀਆ ਤੇ ਲਿਆਂਦਾ ਹੈ ਯਾ ਅੱਲਾ ਕੋਈ ਖੁਦਾ ਦਾ ਖੌਫ ਖਾ ਯਾ ਅੱਲਾ ਮੈਨੂੰ ਵੱਡੇ ਹੀ ਕਰ ਦੇ ਜੇ ਵੱਡੇ ਨਹੀਂ ਕਰਨਾ ਉੱਤੇ ਨੇਫਾ ਹੀ ਪਾ ਦੇ चार दिन छुट्टी चाहिए बह के सुकून ना सुनावा तुहानू ओए अपनियां कहानियां कोल ही रखो जी कादरी दा पुत्रा ए दस अब्बा जी उठे ने के नहीं उठे ने जी कितों कितों उठे ने की मतलब ओ पासे लैंडिया ने पूरा नहीं उठे सवेरे फजर ले नमाज पढ़ के सुते सन हुन रात नु 8 बजे उठणगे वड्डा बलब बलेगा जदों ए बीबी कौन है वड्डी बीबी कौन है भैन जे ए मेरी भैन जे वड्डी बीबी मेरी भैन होवे वड्डी बीबी लोग मैनु आवाजा मार मार के कहन मैं क्या चाह दा पींदे जाइयो ए तुहाडे वड्डे चोरी साहब दा चक्कर है की चक्कर की है हां जी चुदराणी ते मेरे तो बगैर रह ही नहीं सकती क्या कर मार ले आना ए इधर आ और जा दिखो शालिया की बनया तेरी सहेली दा मेरे नसीबा दा फैसला ते उन रब करेगा वीरा ओ भैणा तू शाली दी सहेली नहीं कालू जट दी भैण है कालू जट दी सच वीरा हां तू जो चाहेगी ना वही होवेगा घबरा ना तेरे हक विच ही होएगा शाबाश पुत्रा शाबाश आखिर मुनसो प्यो दा पुत्र है ना तेरे होंदे ना इंसाफी किवें हो सकदी है ओ चुदराणी मां जिंदाबाद चुदराणी जी 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 तन चौधरी साहब याद कर रहे ने ए हुन तैयार ही तेरे चौधरी कोलो हुन की काम पै गया चौधरी नु हुन मेनू की पता ओना नु रह रह के काम याद आंदे बड़ी सियाणी जा मां चली जा अबे दा तेरे बगैर दिल नहीं लगदा हल्ला उस तरह ही बोलो जिस तरह तेरा सेली बगैर तेरा दिल नहीं लगदा मां तेनू ते पता है कि रानो ही साडी जान है ओ शालिए ते साडे सारेयां दी तेरी जान है ले मां मैं चली आ पुराने पिंड दे खुदे सब सेलियां मिलके गिद्दा पाना है नाले लुकन मिटी खेलनी है ठीक है शामी छेती घर आ जी रात ना पावन देवी ठीक है हां चुदराणी जी हां जे तुम्हारा थोड़ा जा हुक्म होए ते मैं भी बहुत सारा गिद्दा पावा जे तू बहुत सारा गिद्दा पाएगी इथे तेरा काम प्यो करेगा हेलो जी तुसी नस नस के मेरे प्यो तो क्यों जांदे हो मैंने क्या करना चाहिए ओ शादा आप ते मर गए निक्की जिन छड़ के बाल पोस के वड्डी की दिन जवान चलन दी चतर चतर ते ऐसे लई ते कहण नहीं आ मैंने भी ना चढ़ा सी कहंदे तुम्हारा बोझ हल्का होए चल दफा बोझ खा खा के ए क्या गल है ओ चाबी किथे ए हालत सवेरे चाबी दी तुसी मोको गई है चुदराणी
समान अंदर ले आना ना जान ना पहचान मैं तेरा मेहमान ओ तुसी मिलना किन्ने जान पहचान भी हो जाएगी सानू बहन दा नहीं आखोगे ओ जम जम बैठो बैठो जी मैं ते सुने असी पिंडा दे लोग बड़े मेहमान नवाज होंदे ने एदे च की शक है जी शक है ते गल कीती है ना ओ पले दसो तुसी मिलना किन्ने दस देने आ चाह पानी नु नहीं पुछोगे चाह पानी भी पुछ लेने आ ओ फुमणा फुमणा किन्ने मैनू चुमना आओ सदके जावा चौरी साहब तुसी ते वड्डे चौरी साहब नु भी पिछे छड्ड गए ਓਏ ਬਕਵਾਸ ਕੀ ਕਰਨਾ ਪਿਆ ਮਹਿਮਾਨ ਨੇ ਇਹਨਾਂ ਨੂੰ ਪਿਆਸ ਲੱਗੀ ਹੈ ਲੱਸੀ ਦਾ ਗਲਾਸ ਲੈ ਕੇ ਆ ਇਹਦੇ ਨਾਲ ਦਾ ਤੇ ਪੂਰੇ ਪਿੰਡ 'ਚ ਇੱਕ ਦਾਣਾ ਨਹੀਂ ਕਿਹੜਾ ਦਾਣਾ ਦਾਣੇ ਉੱਪਰ ਦਾਣਾ ਟੀਚਕ ਦਾਣਾ ਟੀਚਕ ਦਾਣੇ ਆ ਮਹਿਮਾਨ ਨੇ ਉਹਨਾਂ ਦੀ ਮਹਿਮਾਨ ਨਵਾਜ਼ੀ ਕਰ ਪਿਆਸ ਲੱਗੀ ਹੈ ਉਹਨਾਂ ਨੂੰ ਲੱਸੀ ਦਾ ਗਲਾਸ ਲੈ ਕੇ ਆ ਓ ਚੌਰੀ ਸਾਹਿਬ ਇਹ ਲੱਸੀ ਵਾਲੇ ਪਰੌਣੇ ਨਹੀਂ ਇਹ ਕਾਹਦੇ ਪਰੌਣੇ ਨੇ ਇਹ ਜੂਸਿਸ ਵਾਲੇ कौन सा जूसिस पियेंगी आप लोकां दा ले आवां या लोकां दा केड़ा जूस तुसी खलूस ना ले आओगे ना असे पी लांगे अच्छा ए गल है चोरी साहब तुसी जाओ तुसी इधर आओ ओए मेहमानां नाल उत्ते चढ़ चढ़ के गल नहीं करी दी मैं नहीं चढ़िया ओ चढ़न गई सी तू जूसी जूसी कुछ करना पे उत्ते चढ़ के ठीक है की पियोगे जी मेरे को मशीन नहीं चलनी आ रही रल के कटने अच्छा जी बैठो ते हुण दसो दस देने आ चाह पानी ते पी लैंदे हो हुण इत्थे रहना ते नाले इक दूजे नु जानन लई हले सारी जिंदगी पई है की मतलब तुहाडा नाम कानू है ना कानू ते अपना सामान तुहाडे कमरे च रखवाना है ते मेरा नाम तुहानू दस्या किन्ने वे जी मैं ते तुहाडियां सारियां आदतां भी जाणदी आ लो ए ते तुहाडियां आदतां भी जाणदी है ते घुमणे नु आदतां दस्या किन्ने ने ए कोई आम औरत नहीं बड़ी करप्ट है सारा दिन अपने डेरे ते लंघा देंदे हो ते अपनी सारी दौलत अपने यारां दोस्तां ते लुटांदे हो सब कुछ इन कि दसिया दसिया पुत्र ए कोई गल नहीं ए साडे यार दी ती रूपी है रूपी रूपी हां ए रूपी रजाइयां थाडियां ने बड़ियां गरम हुंदियां ने ए रजाइयां बड़ियां गरम हुंदियां किसे वेले मेरा गद्दा उत्ते लै के वेख तुहाडा गद्दा उत्तों लिया मैं विचों बदल नजर आण डै पैंदे ए वेख लै फिर कैसा स्ट्रोंग गद्दा के विचो बदल भी नजर आते नहीं नहीं स्ट्रोंग नहीं पतला पतला लांती जाना होए पुत्र दी गल दा गुस्सा नहीं करना ए साडा खास नौकर है ठुमण खास नौकर है जिवें खास तकलीफ नहीं हुंदी बंदे नु ओ कुछ प्याया ही कुड़ी नु जूसिस जूसिस पीते ओ जूसिस काले नहीं प्याया नहीं लांतिया पिंड दी सुगात प्यानी सी सत्तू ठीक है ओ सत्तू नहीं अब्बा जी सत्तू पियो सत्तू जी ओ मैं सातू पियो सातू सत्तू मैं ते सुनिए ताडे ते सत्तू मुक गए ने नहीं ए वहम है तुहानू मेरे ते अठू भी कैम ने अठवीं जमात चो दौड़े आ हां मैं क्या कुड़िया तू कल्ली आई है तेरा प्यो एमडी जी अब्बा जी बाहर सामान लेके खलो चलो सामान लेके आओ ठीक है जी और मेरा यार जी दबा भी आपे क्या तुसी
समान लिया बारो समान लिया बारो समान अच्छा अच्छा जमीन समान है खून की रेहड़ी कितो ली दो बोतला तू लवा ला तेरा बाकी का खून साफ हो जाएगा तेरा खून मेरा जायज ही खून अच्छा बाकी सुने सूरा का जायज बाकी का भी लाल हो जाएगा बिलकुल बंद चेक करिए ठहर जा हिली दा नहीं इस तरह व्यापारी मुड़ जाते चपेट मारा ना मैं मूह से मूह अड मूह अड अड ना इन्हें तो हराम खाधा हराम खाधा इन्हें मैनू तो गुस्सा चढ़ा मुछा वे उड़ना सब पाया मां आके पीन बजावे मस्त हो गए चलो चलो ठीक हो गया काम ओ मेरा यार एमडी भाई हाल चाल आए बहुत अच्छा आए सिर भरा अपना चौबी जी आ जी गड्डी ले जानी है शहर आहो ते लाइटां ते सही कर लेंगे अल्लाह माफी ए लाइटां ठीक करन दे बेबे तेरी अन्नी है लाइटां ठीक करी जा सिलेंसर जो जरा धुआं निकलन दे है तुहाडे च कोई नुक्स होना है ते मेरे च नुक्स है ते पाना फड़ के कचरा कढ़ केड़ा पाना केड़ा केड़ा वाला पाना पाना खादा खाना फादा माशाल्लाह शाला मार शाला मार तेनू उंजी मार ए मुंह वेखो अल्लाह ए मुंह वेख लो वेख लो इना रिश्ते तो इनकार कीता साजे ए नवी शीबा सना गई अल्लाह माफी देवे अल्लाह इना लिल्ला आप गल करना मैं की गल करना कादी मैं गल करन गया सा उन्हें कर दिया तेरे इनकार कर दिता है अच्छा उन्हें कहे इनू नहीं देनी है गंजा है ते सिर ते कपड़ा लवो फिर चमक पैन डई है अल्लाह दी शान है ना तेनू भी चमक पैंदी है ते मैनू नहीं पैंदी बाकी लोकी अगे दाड़ी रखदे ने इन्होंने पिछे रखी चलो ए वेख लै चलो असी फिर पखाओ ओए असी पिछे पखा पखा डैम दिया बच्चिया ओए 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 जी गुस्सा कर गया 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 दादा आया ना खा जाई कितने आया ना खा जाई अब्बा जी गुस्सा कर गया गुस्सा कर गया ऐ तेरा अब्बा तू ही कह लिया कर अबे हाँ एवी ये तो डेलर वाज नहीं एवी तू तो डरता मैं अपने घर नहीं जाता चलो कोई ना कोई गया ही होना और तो चौरी साहब ने गल करो चलो चौरी साहब ओ बिस्मिल्लाह करा मैं क्या अपनी गलों का फारग होने तक और बस बेहतर सी बड़ा नोट की बंदा ही क्या हाल है ना बड़ी अल्लाह जी ठीक ठाक चाचा जी बड़ी रंब ओए ओ ही कालू ओ कालू ओ जेड़ा मेरे मोटे ते बैठ के मेला देखने जांदा सी सारे मोटे मेरे शराबूर कर देंदा सी हां फिर फरिश्ते हमाम ते जांदे सन तौलिए रख के चलो खाओ ए की करना पे ए मैं चुकन दे तेन चुक देन दे चलो चाचा जी तेन गरीब आदमी कुआब दाल गोभी
लून फिट है। मैं गरीब आदमी है, सैकलां दी कुत्ती। तुहाडे घर बच्चे दे आया मैं। अखां खोलणगे ते तुहाडे घर वापस भेज देंगे। तुहाडे घर नहीं अखां खोलदियां किसे दियां। असी ते तारे नजर आन लग पैंदे ने जिहड़ा घर जांदा साडे। अच्छा एहो जी ने अब्बा जी? हां जी ऐसे ही ने। बहुत जी गुस्सा कर गए। बहुत बुरे गुस्सा कादा तेरा ते तेरे घर दे गुस्सा नहीं कीता की? जदो तू जम्मिया ना ओ नहीं गुस्सा कीता, पूरे मल्लेदार एतराज कीता गया की हरकत कीती। और जदो तू जम्मिया पूरा मल्ले ने कहा जे मल्लेदारी चाहे कुछ करना ते मल्ला छड्डो। बुजुर्ग पैर जमे गैरतमंद बने धी दे सिर ते आकड़न लिया। शुगली रूह है चाचे तो फुमन दिया गल खत्म नहीं होनी। मैं डेरे से चलिया जे चंगा पुत्र रब राखा। रब राखा जी। अच्छा जी जी हूं की हो ना डरो दंद कटाए ने नहीं ना मतलब बनेगे। ओए तू साडा चंगा नहीं लगता तो मुंह यही कर लेना। डैडी कितना प्यारा बच्चा है। डैडी मैं बच्चा लेना है। ओए लोक जा क्यों तेरे वर्गे सिरे वाले फड़े जान दे।
यार खरा भी आया की जा धोती तो बन लें धक्के मारे ने तेरी उम्मीदा ने पूरा नहीं उतरे खलोवा जरा की करन दे हो किन्नी देर दे ठहर जाओ ना करो हाँ जी चौधरी अशारिया चंगड़ाओस चंगड़ाओस अशारिया चंगड़ा दी कुती ए हुण मैनू पै ना जाई चल चल समान चुको अद्धा तो चुकना ही ए फड़ अद्धा अद्धा है उतला मेरा ही चल चल आ जा थले भी निकल गए यानी मैं निकले हाँ बहुत अच्छे चलो चल आ जा एनु भी उठाओ चल अंदाजे ना जाने ही हो ओए समान दे चुकाओ ए ए की हुंदा है चलो हाँ जी आ कुड़ी नू लै जा कमरा दिखा आओ जी डैडी मैं फ्रेश हो के आई ठीक है फ्रेश होके ना आई मैं क्या हां तू जी भेजे ना आहो मेहरबानी तू सगा करन रहे हो तो बन तू दिया हां जी तबन तू देने सिखणे सी आदल पर साहब बोलो सिखणे और सुना यार तू सुना पहले भी तेरा मुंडा सानू आ गई पसंद चंगी तरह वेख लवे साडा मुंडा तेरी कुड़ी नू चंगी तरह वेख लवे असि दोवां नू तो वेख लईए गल हो जाएगी ठीक है और मैं चंगी तरह जानना तेरी चुतराहट नूं वी मैनूं मैं बड़ी चंगी तरह इस गल नूं जानना कि तेरे सिर दे उत्ते 12 पिंडां दी पग्ग ऐ फैसले तो आप करना इज्जत तेरे कोले और शौहरत तेरे कोले चंगे भले तेरे नां ने चंगे भले खराक ने और पूरे जहान दे फैसले तो आप करना वे और मैं कहना तेरी मेरी सांझ रल जाए तो फिर पग्गां ना पग्गां रल जांदियां और की है ठीक है सानू की इतराज़ हो सकदा है रजो जी चौधरी साहब इधर आ चौधरी साहब नौकरानी तेरे नाल जाएगी मेहमान खाना खोल मेरी खिदमत रखी मेरा नाम रजो अच्छा मेहरबानी ਜੀ ਜੋ ਬਤਮੀ ਸੀ ਕਰਨ ਦਿਆ ਤੁਸੀਂ ਜਾਓ ਤਾਂ ਤਾਂ ਜੀ ਚੁੱਕ ਜਾਓ ਜਾਓ ਕੋਈ ਨਹੀਂ ਮੈਂ ਜੋ ਮੰਗਣੀ ਕਰ ਆ ਗਈ ਤੈਨੂੰ ਪਤਾ ਵੀ ਹੈ ਕਿ ਮੈਂ ਬੂਆ ਖੁੱਲਾ ਰੱਖਾ ਹੈ ਇਹ ਮੱਛਰ ਬੜਾ ਵਈ ਅੰਦਰ ਇਹ ਮੇਰਾ ਤੇ ਨਹੀਂ ਗੁਜ਼ਾਰਾ ਹੋਣਾ ਇਸ ਤਰ੍ਹਾਂ ਇਹ ਗੋਏ ਹੁਣੇ ਤੁਖਾਨੇ ਆ ਧੂਣੀ ਤੇ ਨਾ ਮੱਛਰ ਉੱਡ ਵੈ ਸੀ ਹਾਂ ਤੇ ਗੋਏ ਤਖਾਓ ਤੁਸੀਂ ਤੇ ਪੂਰਾ ਕੱਟਾ ਅੰਦਰ ਛੱਡਿਆ ਮੇਰੀ ਬਹੁਤ ਪਾਰ
मतलब खैर जाओ तुम नाश्ता नुश्ता कराइए चटोर किथे वादा क्यों नहीं है तू किसे दा कान है बड़ा क्यों नहीं होता तू मेनू बड़ा होके की फायदा क्यों बस इतने ठीक है मेरी पूरी बह जाती है जाओ मैं अंदर दफा हो चौधरी को कमरे चला के जाओ जाओ जी बाजू जाओ चलो कहके चलो जी आयो चल 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 चौधरी साहब नजर नहीं आन दे खैर ने चौधरी कभी तती भा भी नहीं आई हैदर पुत्र अपना आया शहरों मतिहान पास करके ते मैं कह चौधरी साहब ना मना लिया वा नाले वेखो ना जिन्हां दे लंगर खा खा के नमक खा के जवान होए ने ओहनां नूं सलाम कराना भी जरूरी है ना हां बहुत चंगा कीता है तां मैं कह बड़ा ही मजा आया आ गईयां की तां पा के हां मां चैती ना हांडी टुकर कर मेहमान आए होए ने मां मेहमान दे होंगे जे दूर चल के आ है देसी पिंड ने निकमली मेहमान शहरो आए ने ते घर च दे जी ने ते किथे ने ओ परोणे अंदर ने एक मेम है आते ना हैं कौन है मेम ए बड़े चौरी साहब काम खलारन दे ने मेम है ते नाल ओ दे एक गंजलाओ से मां ए की चक्कर है ए तैनू बकर एक चक्कर नहीं हां चौरा से हेलो हाउ आर यू हां हेलो हाउ डू यू डू ए गड्डू कोनो आके गड्डू गड्डू है कि तेरी मां ते प्यो ते आवाज बंद करके के मत बने तेरा क्यों भाई क्यों इंज मल्ले वाले इतराज नहीं करते रौला पैंदा सौ कोई मल्ले च दिल दा मरीज हुंदा है ए असि पिंड च पहली बारी सुनया कि आवाज बंद करके भी कोई फलो वेखी जांदी है भाभी साडा हाल चाल पूछना है ओ ए वे किसी दिन मिलके बड़े ही खुश होए हां सानू साडे रब ने ਜੀ ਭਾਬੀ ਜੀ ਦਿੱਤੀ ਤੇ ਮੈਨੂੰ ਬੋਸਕੀ ਵਰਗੀ ਤੇ ਨਾਨ ਬੋਸਕੀ ਵਰਗੀ ਹਾਂ ਐਤ ਕੀ ਵੱਡੀ ਤੇ ਮੈਂ ਬੋਸਕੀ ਦਾ ਕੱਛਾ ਸਵਾਣਾ ਹੈ ਨਹੀਂ ਬੇਟਾ ਵੱਡੀ ਤੇ ਕੱਛਾ ਨਹੀਂ ਸਵਾਏਗਾ ਬੋਸਕੀ ਦਾ ਗਣ ਜੁੱਤੀਆਂ ਦਾ ਜੋੜਾ ਲੈ ਕੇ ਦੇਵਾਂਗੀ ਦੋ ਜੋੜੇ ਲੈ ਕੇ ਦੇਣਾ ਉਹ ਕਿਉਂ ਇੱਕ ਬੂਟਾਂ ਦਾ ਇੱਕ ਕੈਂਚੀ ਜੁੱਤੀ ਕਾਦੇ ਲਈ ਕੈਂਚੀ ਜੁੱਤੀ ਪਾ ਕੇ ਮੈਂ ਬਾਹਰ ਜਾਣਾ ਹੁੰਦਾ ਬੂਟ ਪਾ ਕੇ ਸੌਣਾ ਹੁੰਦਾ शिकायत रही है असल मां प्यो तो ओ ही होंगे
ਜੰਮਨ ਵਾਲੇ ਤੇ ਡੋਲੀਆਂ ਟੋਰਦੇ ਨੇ ਤੇ ਵਿਆਹ ਕੇ ਲਿਜਾਣ ਵਾਲੇ ਜਨਾਜ਼ੇ। ਨਹੀਂ ਨਾ ਸੋਈ ਏਡੀ ਸਿਆਣੀ ਗੱਲਾਂ ਨਾ ਕਰ, ਨਜ਼ਰ ਲਗਵੇ ਸੀ ਆਹੋ। ਮਾਂ ਨਜ਼ਰ ਨਹੀਂ ਆਦੀ, ਤੂੰ ਜਾ ਕੇ ਦੇ, ਰੱਬ ਨੇ ਤੈਨੂੰ ਤੇ ਪਸੰਦ ਦੀ ਨੂੰਹ ਜੇ ਦਿੱਤੀ ਏ। ਇਹ ਸੜੀ ਨੂੰਹ ਨਹੀਂ, ਸੜੀ ਹੋਣ ਵਾਲੀ ਧੀ ਏ ਕਰਮਾਂ ਵਾਲੀ। ਚੱਲ ਭਾਬੀ, ਮੈਂ ਤੈਨੂੰ ਆਪਣੇ ਵੀਰ ਕਾਲੂ ਦੀਆਂ ਨਿੱਕੇ ਹੁੰਦੇ ਦੀਆਂ ਵੱਡੇ ਮੂੰਹ ਵਾਲੀਆਂ ਤਸਵੀਰਾਂ ਦਿਖਾਵਾਂ। ਨੀ ਗੱਲ ਸੁਣ, ਕਾਲੂ ਦੀਆਂ ਫੋਟੋ ਨਿੱਕੇ ਹੁੰਦੇ ਦੀਆਂ ਨਾ ਵਿਖਾ ਦੇਵੀਂ, ਜਿਹਦੇ ਚੋਂ ਨਹਾਉਂਦਾ ਪਿਆ। ਸਾਨੂੰ ਨਾ ਚੱਜ ਦੀ ਕੋਈ ਚੀਜ਼ ਵੇਖਣ ਦੇਈ। ਸਲਾਮ ਅਲੈਕਮ ਚੁਤਰਾਣੀ ਜੀ। ਵਾਲੇਕਮ ਸਲਾਮ, ਕੀ ਹਾਲ ਹੈ ਤੁਹਾਡਾ? ਠੀਕ ਹੈ, ਅੱਲਾਹ ਦਾ ਸ਼ੁਕਰ ਹੈ। ਮੇਰੇ ਪੁੱਤ ਨਾਲ ਉਸ ਦਿਨ ਇਸ ਹਵੇਲੀ 'ਚ ਬਹੁਤ ਬੜੀ ਜ਼ਿਆਦਤੀ ਹੋਈ ਹੈ ਸੁਰਮਾ ਪਾ ਕੇ। ਕੀ ਤੇ ਜ਼ਿਆਦਤੀ ਕਰਨ ਵਾਲਾ ਉਹ ਗਿਆ ਨਹੀਂ ਸੀ, ਤੁਹਾਡੀ ਆਪਣੀ ਦੀ ਸ਼ਾਲੀ ਹੈ ਜਿਹਨੇ ਆਪਣੀ ਸਹੇਲੀ ਚੜ ਕੇ ਮੇਰੀ ਬੇਇੱਜ਼ਤੀ ਕੀਤੀ ਸੀ। ਯਕੀਨਨ ਮੁੰਡਿਆ, ਤੂੰ ਜਵਾਬ ਕੋਈ ਸਖਤੀ ਜੀ ਦਿੱਤਾ ਹੋਣਾ ਹੈ, ਜਿਹਦਾ ਜਵਾਬ ਉਹ ਨਰਮੀ ਨਾਲ ਨਹੀਂ ਦੇ ਸਕਦੀ ਸੀ। ਆ ਆਪਣੀ ਬੀਵੀ ਨੂੰ ਥੋੜਾ ਜਾਣਾ ਕੋਈ ਸਖਤੀ ਤਾਂ ਨਹੀਂ? ਮੈਂ ਕੰਮ ਲਿਆ, ਜਿਹੜੇ ਪਿਆਰ ਦੇ ਸੌਦੇ ਦੁਕਾਨਾਂ ਤੇ ਵਿਕਦੇ ਹੋਣ ਉਹਨਾਂ ਨੂੰ ਜ਼ਬਰਦਸਤੀ ਨਹੀਂ ਖਰੀਦੀਗਾ। ਆਹੋ, ਉਹ ਅਸਲ 'ਚ ਚੁਜਰਾਣੀ ਜੀ, ਮੇਰੀ ਨੂੰਹ ਬੜੀ ਭੋਲੀ ਤਾਂ ਮਾਸੂਮ ਹੈ, ਉਹ ਅਸਲ 'ਚ ਲੋਕਾਂ ਦੀਆਂ ਪੱਟੀਆਂ ਤੇ ਚੜ ਗਈ ਹੈ। ਉਹ ਬਸ ਦੇ ਘਰਾਂ ਨੂੰ ਉਜਾੜਨ ਵਾਲੇ ਤਾਂ ਬਹੁਤ ਮਿਲ ਜਾਂਦੇ ਹੈ, ਪਰ ਉਜੜੇ ਘਰ ਨੂੰ ਵਸਾਉਣ ਵਾਲਾ ਕੋਈ ਨਹੀਂ ਮਿਲਦਾ ਸੁਰਮਾ ਪਾ ਕੇ। ਗੱਲ ਸੁਣ ਵੇ ਸਿਆਣਿਆ, ਘਰ ਸਲੂਕ ਨਾ ਵਾਸਤੇ ਨੇ, ਜੇ ਮੀਆਂ ਬੀਵੀ 'ਚ ਸਲੂਕ ਹੀ ਨਾ ਹੋਵੇ ਤੇ ਘਰ ਤਾਕਤ ਨਾ ਕਾਈ ਨਾ ਵਾਸਤੇ। ਆਹੋ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਮੇਰੀ ਬੀਵੀ ਨੂੰ ਮੇਰੇ ਨਾਲ ਤੋਰ ਦਿਓ, ਟਾਈਮ ਬੜਾ ਹੋ ਗਿਆ। ਜਾਣਾ ਜਾਂਦੀ ਤਾਂ ਲੈ ਜਾ ਤੇਰੀ ਬੀਵੀ, ਅਸੀਂ ਕੋਈ ਡੱਕੀ ਹੋਈ ਏ। ਨਿਰਾਜੋ ਰਾਜੋ, ਆਈ ਚੁਦਰਾਣੀ ਜੀ, ਦੱਸ ਕੇ ਜਾ ਰਾਣਾ ਨੂੰ ਬੁਲਾ ਕੇ ਲੈ ਕੇ ਆ। ਜੀ ਹਲਾ, ਰਾਣਾ ਨੇ ਤੁਹਾਡੀ ਧੀ ਦੇ ਹੁਕਮ ਤੋਂ ਬਗੈਰ ਸਾਡਾ ਨਹੀਂ ਜਾਣਾ। ਵੇ ਗੱਲ ਸੁਣ ਵੇ, ਮੇਰੀ ਧੀ ਤੇਰੀ ਬੀਵੀ ਦੀ ਸਹੇਲੀ ਜ਼ਰੂਰ ਹੈ, ਪਰ ਉਹਦੇ ਦਿਲ ਦੀ ਮਾਲਕ ਨਹੀਂ ਹੈ। ਤੇਰੀ ਬੀਵੀ ਆਪ ਤੇਰਾ ਘਰ ਛੱਡ ਕੇ ਆਈ ਸੀ, ਮੇਰੀ ਧੀ ਨਹੀਂ ਲੈ ਕੇ ਆਈ ਸੀ। ਆਹੋ, ਤੁਸੀਂ ਇੱਥੇ ਕੀ ਲੈਣ ਵਾਸਤੇ ਆਏ ਹੋ? ਤੈਨੂੰ ਲੈਣਾ ਹੈ, ਗੱਲ ਘਰ ਚਲੀ ਹੈ। ਆ ਵੇਖ ਟਾਈਮ ਕੀ ਹੋ ਗਿਆ। ਵੇ ਟਾਈਮ ਹੁਣ ਲੰਘ ਗਿਆ, ਤੁਸੀਂ ਕੀ ਲੈਣ ਵਾਸਤੇ ਆਏ ਹੋ ਇੱਥੇ? ਅਸੀਂ ਤੈਨੂੰ ਲੈਣ ਆਏ ਹਾਂ ਧੀਰਾਂ ਨੂੰ ਸੁਰਮਾ ਪਾ ਕੇ, ਤਾਂ ਕਿ ਬਾਕੀ ਦੀ ਜ਼ਿੰਦਗੀ ਦਾ ਤਮਾਸ਼ਾ ਤੁਸੀਂ ਕੋਲ ਬੈ ਕੇ ਵੇਖ ਸਕੋ, ਬਾਕੀ ਦੇ ਤੇਲ ਛਿੜ ਸਕੋ। ਖਬਰੇ ਤੁਹਾਨੂੰ ਨੋਵਾ ਕਿਉਂ ਬੁਰੀਆਂ ਲੱਗਦੀਆਂ ਨੇ, ਕਿਉਂ ਬੁਰੀਆਂ ਲੱਗਦੀਆਂ ਨੇ? ਉਹ ਪਾਗਲ ਜਈ ਨਾ ਹੋਵੇ ਤਾਂ, ਉਹ ਜੇ ਤੂੰ ਬੁਰੀ ਲੱਗਦੀ ਅਸੀਂ ਤੈਨੂੰ ਲੈਣ ਕਿਉਂ ਆਉਂਦੇ ਸੁਰਮਾ ਪਾ ਕੇ? ਇਹ ਤੇ ਤੁਸੀਂ ਗੋਂਗਲੋ ਤੋਂ ਮਿੱਟੀ ਚਾਰਨ ਵਾਸਤੇ ਆਏ ਹੋ, ਤਾਂ ਕਿ ਲੋਕਾਂ ਦੀ ਨਜ਼ਰ 'ਚ ਤੁਸੀਂ ਸੱਚੇ ਹੋ ਸਕੋ। ਤੁਹਾਡੇ ਵਗਰੇ ਸੱਸ ਸਹੁਰਿਆਂ ਦੇ ਘਰਾਂ 'ਚ ਹਮੇਸ਼ਾ ਨੌਵਾਂ ਹੀ ਮਰਦੀਆਂ ਨੇ, ਤੇ ਪਰਚਾ ਇਸ ਲਈ ਨਹੀਂ ਆਉਂਦਾ ਕਿ ਕੇਸ ਚੁੱਲ੍ਹਾ ਫੁੱਟਣ ਦਾ ਬਣ ਜਾਂਦਾ, ਚੁੱਲ੍ਹਾ ਫੁੱਟਣ ਦਾ ਬਣ ਜਾਂਦਾ। ਆਪਣੇ ਜੁਆਰੀਆ ਅਵਾਰੀ ਤੇ ਸ਼ਰਾਬੀ ਪੁੱਤਰ ਨੂੰ ਲੈ ਕੇ ਤੂੰ ਚਲੇ ਜਾਓ, ਮੈਂ ਇਹਦੇ ਘਰ ਨਹੀਂ ਵਸਣਾ, ਨਹੀਂ ਵਸਣਾ। ਉਹ ਤੂੰ ਤਾਂ ਐਵੇਂ ਜ਼ਿੱਦ ਕਰੀ ਜਾਨੀ ਹੈ, ਪਹਿਲੇ ਮੈਨੂੰ ਇਹ ਦੱਸ ਭਈ ਉਹ ਕਿਹੜਾ ਘਰ ਹੈ ਉਹ ਜਿੱਥੇ ਲੜਾਈ ਝਗੜਾ ਨਹੀਂ ਹੁੰਦਾ ਸੁਰਮਾ ਪਾ ਕੇ? ਝਗੜੇ ਹੋ ਜਾਣ ਤੇ ਮਾਪੇ ਝਗੜੇ ਮੁਕਾਉਂਦੇ ਨੇ, ਵਧਾਉਂਦੇ ਨਹੀਂ। ਤੁਹਾਡੇ ਜੁਆਰੀਏ ਪੁੱਤਰ ਨੇ ਮੇਰੇ ਜਹੇਜ਼ ਦੀ ਇੱਕ ਇੱਕ ਚੀਜ਼ ਜੂਏ 'ਚ ਹਾਰ ਦਿੱਤੀ, ਮੇਰਾ ਸਾਰਾ ਜ਼ੇਵਰ ਬਸਾਰੇ ਔਰਤਾਂ ਨੂੰ ਪਵਾ ਦਿੱਤਾ, ਆਪਣੇ ਕਾਰੋਬਾਰ ਦੀ ਸਾਰੀ ਪੂੰਜੀ ਯਾਰਾਂ ਦੋਸਤਾਂ 'ਚ ਲੁਟਾ ਦਿੱਤੀ, ਹੁਣ ਰਹਿ ਗਈਆਂ ਮੈਂ, ਮੇਰੇ ਲਈਆਂ ਇਹ ਮੇਰਾ ਵੀ ਸੋਨਾ ਕਰਨਾ ਚਾਹੁੰਦਾ ਹੈ, ਮੇਰੇ ਪੈਰਾਂ 'ਚ ਘੁੰਗਰੂ ਪਾ ਕੇ ਬਾਜ਼ਾਰ 'ਤੇ ਉਸ ਕੋਲ ਜਾ ਕੇ ਬਿਠਾ। ਹੱਥ ਰੋਕਣਾ ਬੇਗਰਤਾ, ਜਿਹੜੇ ਖਾਂਦ ਆਪਣੀਆਂ ਬੀਵੀਆਂ ਨੂੰ ਆਪਣੀ ਪੈਰ ਦੀ ਜੁੱਤੀ ਸਮਝਦੇ ਨੇ, ਇੱਕ ਨਾ ਹੋਈ ਜੁੱਤੀ ਔਰਾਂ ਦੇ ਸਿਰ ਵਿੱਚ ਵੱਜਦੀ ਹੈ। ਤੂੰ ਅੱਜ ਤੋਂ ਬਾਅਦ ਇਸ ਹਵੇਲੀ 'ਚ ਨਾ ਆਈ। ਮੈਂ ਆਪਣੀ ਬੀਵੀ ਨੂੰ ਲੈ ਕੇ ਜ਼ਰੂਰ ਜਾਵਾਂਗਾ ਇੱਥੋਂ, ਰਾਣਾ ਮੇਰੇ ਨਾਲ ਜਾਵੇਗੀ। ਕਿਸ ਤਰ੍ਹਾਂ ਜਾਏਗੀ ਤੇਰੇ ਨਾਲ? ਰਾਣਾ ਤਾਂ ਨਹੀਂ ਜਾਏਗੀ। ਨਹੀਂ ਜਾਏਗੀ ਰਾਣਾ? ਹੁਣ ਸਮਝਿਆ ਮੈਂ ਕਿ ਤੂੰ ਰਾਣਾ ਨੂੰ ਕਿਉਂ ਨਹੀਂ ਜਾਣ ਦੇ ਰਿਹਾ, ਉਹ ਇਸ ਵਾਸਤੇ ਕਿ ਰਾਣਾ ਤੂੰ ਆਪ ਖਰਾਬ ਹੋ ਗਿਆ। ਬਗਾਰਤਾ, ਰਾਣਾ ਮੇਰੀ ਮੂੰਹ ਬੋਲੀ ਪੈਣੇ ਤੇ ਮੂੰਹ ਬੋਲੀਆਂ ਪੈਣਾ
ਸਕੀਆਂ ਨਾਲੋਂ ਵੱਧ ਹੁੰਦੀਆਂ, ਸਕੀਆਂ ਨਾਲੋਂ ਵੱਧ ਹੁੰਦੀਆਂ। ਤੇਰੇ ਜਿਹਾ ਬਗੈਰਾ ਸੋਚ ਵਾਲਾ ਮੇਰੀ ਭੈਣ ਦਾ ਸਵਾਲ ਨਹੀਂ ਬਣ ਸਕਦਾ। ਓਏ ਤੂੰ ਇਹਨਾਂ ਪੈਰਾਂ ਤੇ ਐਸੇ ਵੇਲੇ ਮੇਰੀ ਭੈਣ ਨੂੰ ਤਲਾਕ ਦੇ ਓਏ, ਨਹੀਂ ਤਾਂ ਮੈਂ ਤੇਰੀ ਜ਼ਿੰਦਗੀ ਦੀ ਸ਼ਾਮ ਕਰ ਦੇਵਾਂਗਾ, ਸ਼ਾਮ ਕਰ ਦੇਵਾਂਗਾ। ਨਿਕਲ ਜਾ ਤੂੰ। ਓਏ ਜ਼ਿੰਦਗੀ ਮੌਤ ਦਾ ਫੈਸਲਾ ਹੁਣ ਅਦਾਲਤ ਚ ਹੋਵੇਗਾ। ਓ ਕਿਹੜੀ ਅਦਾਲਤ ਦੀ ਗੱਲ ਕਰਨਾ ਹੈ, ਅਸੀਂ ਚੌਧਰੀ ਲੋਕ ਆ, ਸਾਡੇ ਕੋਲ ਅਦਾਲਤਾਂ ਕਚਹਿਰੀਆਂ ਲੁਕੀਆਂ ਨੇ। ਦਵਾ ਹੋ ਜਾ ਤੂੰ, ਤੂੰ ਵੀ ਇੱਥੋਂ ਨਿਕਲ ਜਾ ਕੰਜਰਾ। ਤੂੰ ਮੈਨੂੰ ਕੰਜਰ ਕਿਹਾ, ਹੁਣ ਮੈਂ ਤੈਨੂੰ ਕੰਜਰ ਬਣ ਕੇ ਦਿਖਾਵਾਂਗਾ ਸੁਰਮਾ ਪਾ ਕੇ। ਉਹ ਪਰੇ ਦਫਾ ਹੋ ਜਾ, ਤੇਰੀ ਮੈਂ ਸੁਰਮੇਦਾਨੀ ਤੋੜ ਦੇਣੀ ਹੈ ਲਾਂਤੀਆ। ਨਾ ਰੋ ਧੀ ਰਾਣੋ, ਪਿੰਡ ਚ ਮੁੰਡੇ ਮਰ ਨਹੀਂ ਗਏ, ਹੌਸਲਾ ਰੱਖ, ਤੂੰ ਵੀ ਆਪਣਾ ਖੂਨ ਠੰਡਾ ਰੱਖਿਆ ਕਰ ਪੁੱਤਰ, ਇਹ ਮੁਨਸਿਫਾਂ ਦੀ ਹਵੇਲੀ ਹੈ, ਇੱਥੇ ਜੋਸ਼ ਚ ਨਹੀਂ ਹੋਸ਼ ਚ ਰਹਿ ਕੇ ਫੈਸਲੇ ਕਰਨੇ ਪੈਂਦੇ ਨੇ। ਚੱਲ ਤੂੰ ਹੀ ਅੰਦਰ ਆ, ਮੰਤਰ ਨਾ ਕੰਮ ਹੈ। ਤੈਨੂੰ ਹਰੇ ਕਿਹੜਾ ਕੰਮ ਸ਼ੁਰੂ ਹੋਇਆ ਮੇਰੇ ਨਾਲ? ਚੰਗਾ ਭਲਾ ਮੈਂ ਫੈਸਲੇ ਕਰਨ ਵਾਲਾ ਬੰਦਾ, ਤੂੰ ਨਾ ਪਿੱਛੇ ਆ ਪੁੱਤਰ, ਮੈਂ ਤੇਰੀ ਮਾਂ ਦਾ ਕੰਮ ਕਰਨ ਚੱਲਿਆ। ਤੁਸੀਂ ਅੱਬਾ ਜੀ ਹਾਲ ਵਾਲੇ ਮਜ਼ਾਕ ਹੀ ਕਰਦੇ ਰਹੇ। ਮੇਰੇ ਤੇ ਡਿਊਟੀ ਲਾਤੀ ਹੈ ਜੀ, ਨੱਕ ਚ ਦਮ ਕਰ ਛੱਡਿਆ ਨੌਕਰ ਰਾਜੇ ਦੀ।
चलो ये शरारत च रुपये तो शुरू होए ना। अपना तसला ना थले रखिए। अमना दा चोरी साहब के कुड़म ना की सलूक करने की करने है। ठीक है तुहाडे घर कह दिया। वैसे तेरे मुंह की तारीफ नहीं। मैं है ही तेरा बनवाइया वा। की गल है तुसी बड़ा कंधा च वड़ वड़ रोन डे हो कि कोई गुनाह कर बैठे हो? ओए फमणा लत्ता च जान नहीं हो रही है। जान निकलदी लत्ता चो है। ऐ बूट ला दे ताके आराम ना निकल जाए। उठो ता उठ करो। इथे बैठना जे ओहो इथे ना बैठना। क्यों की आ इथे बैठ के शेर साहब फैसला करदे ने। मेनू ते 7-8 दिन हो गया और मेनू दाला खवा खवा के मेरे मेहते दे अंदर दाला दा कब्जा हो गया। कुकड़ खादा जे कदी? खा के आया सा। ओदे आस्ते दाल खवाई है तो ताकि अंदर चुग लवे। ये जे कुकर अन्ना होया तो फिर अन्नी पा लेगा। ए हुन मेरे अंदर अन्नी पवेगी। हां जी इथे चंगी चीज को नहीं पकदी। चंगी पकदी है लेकिन एक हादसा हो गया सी। की? एक प्राणा आया सी साडे इथे चौधरी साहब को। अच्छा सवेरे ओदी लाश घर दे लै गए सन। वजह? ओनु मैं सवेरे उठ के नाश्ता दिता है। अच्छा देसी घ्यो दे परौंठे आए हाए वाह देसी अंडे पका के आह ते नाल ताजा मक्खन। ओ सदके तेरे ओए उतो पानी पी लो। ए सब कोई नाश्ता ही सी। अजे दोपहर नु वेखो देसी घ्यो च पकी देसी मुर्गी खवाई ओनु। अच्छा जी नाल छोटियां रोटियां देसी घ्यो नाल चोपड़ियां। आए हाए हाए मदरियां मदरियां। हां जी देसी अंब ठंडे ठंडे ठंड पैनी ना इस तो बाद। हां क्या बात ते शाम नु। हां जी तितर पटेल। तितर पटेल लड़ाए आपस च देसी घ्यो च पकाए। अच्छा देसी घ्यो तितर पटेल भी पके जी। वाह हां जी लाल नु मोटे मोटी मलाई। मोटी मलाई जी दूध दे उते ठड़न ते दूध उते मलाई पाती ताकि दूध नु ठंड ना लगे। मने दूध खेस ला के सो गया। अजे ओदा हशर ते सुनो। अच्छा अच्छा सवेरे उठ के उन्होंने मैं नाश्ता देन गया। हां जी ते पुरबाश हो गया सी। मगर मर गया। एक बंदा हो रहा है उन्होंने मैं नाश्ता वहाया ही है। हां जी अच्छा अच्छा ओथे फुड़ के मर गया। तीजा बंदा एक हो रहा है उन्होंने मैं नाश्ते का जिक्र ही किया कड़े च वो भी मर गया। 3-4 बंदे मर गए नाश्ते दी वजह ना अच्छे खाने दी वजह ना। बैठिए बैठो। ए मेरा सामान ले आई मैं चले आई। बैठो ना बस वही बस मैं ऐसे ना बैठो। बाहर ना नहीं तो बैठो। चौधरी साहब ਤੁਹਾਡੇ ਵਾਸਤੇ ਦੇਸੀ ਕਿਉਂ ਦੇ ਪਰਾਂਠੇ ਉਹ ਪਹਿਲਾਂ ਤਿਆਰ ਨੇ ਉਹ ਪਹਿਲੇ ਤੇ ਅਸਮ ਕਰ ਲਾ ਪਰੇ ਹੋ ਜਾ। ਹਾਂ ਹਾਂ ਡੈਡੀ ਮੈਨਾ ਆਪਣੇ ਹੱਥਾਂ ਨਾਲ ਤੁਹਾਡੇ ਅਸੀਂ ਨਾ ਦੇਸੀ ਕਿਉਂ ਚਲ ਬੱਪਕਾ ਨਾ ਸੀ। ਉਹ ਪਹਿਲਾਂ ਘਰ ਕੋ ਦੇਸੀ ਕਿਉਂ ਮੈਨੂੰ ਚਾਹੀਦਾ ਇਹ ਤੁਹਾਨੂੰ ਖਾਣੇ ਪੈਣਗੇ। ਉਹ ਮੈਂ ਖਾਣਾ ਉਹ ਡੈਡੀ ਮੈਨਾ ਹਾਂ ਨਹੀਂ ਮੈਂ ਖਾਣਾ ਪਹਿਲੇ ਚਲ ਜਾ ਕੇ ਉਹ ਡੈਡੀ ਸਭ ਨੇ ਨੋਖੀ ਪਰੇ ਹੋ ਜਾ ਪਰੇ ਹੋ ਜਾ ਉਹ ਪੜਦਾ ਕੇ ਕਰ। मैं फोटोग्राफर को गया मैं क्या भाजी मेरी फोटो ला रहे हो
ਕਹਿੰਦਾ ਬੈਂਚ ਤੇ ਖਲੋ ਜਾ, ਸ਼ਾਮੀ ਫੋਟੋ ਲੈਣ ਗਏ, ਬੈਂਚ ਦੀ ਆ ਗਈ, ਮੇਰੀ ਆਈ ਨਹੀਂ। ਯਾਲਾ ਵੱਡੇ ਨੂੰ ਕਰਦੇ ਤੇਰਾ ਕੀ ਜਾਣਾ, ਬੜੀ ਮਿਹਰਬਾਨੀ ਜਾਨੂ, ਮਸਕੀਨਾਂ ਨੂੰ ਮਾਫ ਕਰ ਦੇ, ਬੜੀ ਮਿਹਰਬਾਨੀ। ਹਰ ਚੀਜ਼ ਵੱਡੀ ਲੱਗਦੀ ਮੈਨੂੰ, ਕੁਰਸੀ ਵੀ ਵੱਡੀ ਲੱਗ ਰਹੀ ਹੈ, ਇਹ ਵੀ ਵੱਡਾ, ਪੈਰ ਵੀ ਪੁੰਜੇ ਨਹੀਂ ਲੱਗਦੇ। ਇੱਕ ਗੱਲ ਵੈਸੇ ਠੀਕ ਹੈ, ਸਿਆਣੇ ਕਹਿੰਦੇ ਨੇ ਉਹਦੇ ਤੇ ਜ਼ਮੀਨ ਹੀ ਨਹੀਂ ਪੈਰ ਤੇ, ਗਲਤ ਹੋ ਗਿਆ, ਉਹਦੇ ਤੇ ਪੈਰ ਹੀ ਜ਼ਮੀਨ ਤੇ ਨਹੀਂ ਲੱਗਦੇ। ਇਹ ਠੀਕ ਸੀ, ਭਾਵੇਂ ਨਾਸਤੀ ਬਿੱਲੀ ਲੰਘ ਜਾਏ ਥੱਲੇ ਥੱਲਾ ਬੈਠਾ ਜੀ, ਫੜੋ ਇਹਨੂੰ। ਓਏ ਆ ਜਾ, ਕਿਉਂ ਮਰਵਾਉਣਾ ਹੀ, ਆ ਜਾ, ਓਏ ਆ ਜਾ। ਓਏ ਧੋਬੀ ਆ ਜਾ, ਤੂੰ ਆ ਜਾ, ਓਏ ਇੱਧਰ ਆ, ਓਏ ਇੱਧਰ ਆ। ਐ ਲੈ, ਕਮਾਦਾਂ ਜੋ ਆਵਾਜ਼ਾਂ ਆਉਣ ਲੱਗ ਪਈਆਂ। ਹਾਂਜੀ ਹਾਂਜੀ, ਤੇਰੇ ਸਦਕੇ ਆਉਂਦੇ ਮੇਰੇ ਬਰਾਬਰ ਹੀ ਪੈ ਗਈ। ਮੈਂ ਆਪ ਸਗੋਂ ਸੋਚਣ ਡਿਆ, ਮੇਰੇ ਬਰਾਬਰ ਤੇ ਕਦੀ ਕੁੱਤਾ ਨਹੀਂ ਬੈਠਾ। ਤੂੰ ਕੁੱਤਾ ਨਹੀਂ, ਹਾਂ ਤੂੰ ਬਨਮਾਨਸ ਹੈ। ਮੈਂ ਬੰਦਾ ਬਹਿ ਜਾ, ਤੂੰ ਆ ਝਾਂਡਾ ਦੇ ਕੇ ਜਾਣਾ। ਚੱਲ ਚੁੱਕ ਕੇ ਰੱਖ। ਨਹੀਂ, ਚੁੱਕ ਕੇ ਰੱਖ, ਚੁੱਕ ਕੇ ਰੱਖ। ਚੁੱਕਣ ਗਏ ਸਾਂ ਕੋ, ਤੁਸੀਂ ਬੰਦੇ ਬੁਲਾਏ ਸੀ। ਕੀ ਬਕਵਾਸ ਕਰ ਰਹੇ ਹੋ? ਕੀ ਬਕਵਾਸ ਕਰਨ ਨੇ ਓ ਯਾਰ? ਹਾਂ, ਉਹ ਪਿੱਛੋਂ ਦੀ ਲੰਘ ਜਾਂਦਾ ਬਾਰ ਬਾਰ। ਉਹ ਪਰੇ ਮਰਾ ਲਾਤੀਓ, ਬੇੜਾ ਗਰਕ ਹੋਵੇ ਤੁਹਾਡਾ। ਕੀ ਹੋਇਆ? ਸਲੀਲ ਆਦਮੀ। ਕੀ ਹੋਇਆ? ਉਹ ਮੱਲੇ ਦੇ ਨੁੱਕਰ ਦਾ ਖੋਖਾ ਨਹੀਂ, ਮੱਲੇ ਦੇ ਨੁੱਕਰ ਦਾ। ਮੈਂ ਉਹ ਤਾਂ ਸਿਗਰਟ ਲੈਣ ਲੱਗਾ ਵਾਂ। ਅੱਛਾ, ਦੋ ਮੁੰਡੇ ਮੇਰੇ ਕੋਲ ਆਏ, ਕਹਿੰਦੇ ਆ ਲੈ ਫੜ ਖਾਤ, ਹੁੰਮਣ ਦੀ ਭੈਣ ਨੂੰ ਦੇ ਆ। ਫਿਰ ਮੈਂ ਕਿਹਾ ਬਦਤਮੀਜ਼ੋ ਜ਼ਲੀਲੋ, ਤੁਹਾਨੂੰ ਤਮੀਜ਼ ਨਹੀਂ? ਬਹੁਤ ਅੱਛਾ, ਹੁੰਮਣ ਮੇਰਾ ਯਾਰ ਹੈ। ਆ ਸਦਕੇ ਜਾਵਾਂ, ਮੈਂ ਉਹਦੀ ਭੈਣ ਨੂੰ ਖਤ ਦੇ ਆਵਾਂ। ਵਾਹ, ਮੈਂ ਜ਼ਬਾਨੀ ਦੱਸ ਆਵਾਂਗਾ। ਕੀ ਬਕਵਾਸ ਕਰ ਰਿਹਾ ਤੂੰ? ਓ ਹੁੰਮਣ ਸ਼ਹਿਜ਼ਾਦਾ, ਲੈ ਹੁੰਮਣ ਸ਼ਹਿਜ਼ਾਦਾ, ਤੇਰੇ ਮੂੰਹ ਤੇ ਛਾਲੇ ਨਿਕਲਣਗੇ, ਇਹਨੂੰ ਕਹੀ ਜਾਣੇ। ਓ ਹੁੰਮਣ, ਹਾਂ ਇੱਧਰ ਆ, ਲੱਗਦਾ 110 ਲਿਖਿਆ ਕਿਸੇ ਨੇ। ਪੂਰਾ ਪਿੰਡ ਆਂਦਾ, ਫੁੰਮਣ ਨਹੀਂ ਆਂਦਾ। ਕੀ ਬਕਵਾਸ ਕਰਨਾ ਤੂੰ? ਔਰ ਖੈਰ, ਪਿਓ ਦਾ ਕੀ ਹਾਲ ਹੀ? ਠੀਕ ਹੈ, ਉਹੀ ਹੂੰ। ਕੀ ਕਹਿਣਾ ਚਾਹ ਰਿਹਾ ਤੂੰ? ਵੈਸੇ ਇੱਕ ਗੱਲ ਦਾ ਜਵਾਬ ਦੇ ਯਾਰ। ਕਿਹੜੀ ਦਾ? ਜਦੋਂ ਤੂੰ ਪੈਦਾ ਹੋਇਆ ਤੇਰੀ ਮਾਂ ਨੂੰ ਕਿੰਨੀ ਕੁ ਸਜ਼ਾ ਹੋਈ ਸੀ? ਉਹ ਕੀ ਬਕਵਾਸ ਕਰਨ ਡਿਆ? ਚਲੋ ਸਜ਼ਾ ਨਹੀਂ, ਦਫਾ ਕਿਹੜੀ ਲੱਗੀ ਸੀ? ਉਹਨਾਂ ਨੇ ਕਿਹਾ ਦਫਾ ਕਰੋ ਯਾਰ, ਇਹਨਾਂ ਦਾ ਤੇ ਰੋਜ਼ ਦਾ ਕੁੱਤ ਖਾਨਾ ਹੈ। ਓ ਚੋਰੀ ਸਾਹਿਬ ਆ ਗਏ, ਮਾਸ਼ਾਅੱਲਾ, ਲੱਗਦਾ ਕਮਰੇ ਚੋਂ ਕੋਈ ਸੂਰ ਨਿਕਲਿਆ। ਐ ਸੀ ਨਾ ਉਧਰੋਂ ਕਮਰੇ ਚੋਂ। ਚੋਰੀ ਸਾਹਿਬ ਦਾ ਮੁੰਡਾ ਹੋਇਆ, ਮਸਜਿਦ ਚ ਐਲਾਨ ਹੋਇਆ। ਜਦੋਂ ਤੂੰ ਹੋਇਆ, ਤੇਰੇ ਪਿਓ ਨੂੰ ਕਿਸੇ ਨੇ ਪੁੱਛਿਆ, ਸੁਣਾ ਚਾਚਾ ਕੀ ਹੋਇਆ? ਇਹਦੇ ਪਿਓ ਨੇ ਕਿਹਾ ਯਾਰ ਮੁੱਠ ਰੱਖੋ, ਇਹ ਕੋਈ ਦੱਸਣ ਵਾਲੀ ਗੱਲ ਹੈ? ਫਿਰ ਰੱਖ ਲਈ ਸੀ ਉਹ। ਚੱਲ ਅਮਨ, ਓਏ ਦਾਸਤੀਓ, ਤੁਸੀਂ ਇਸ ਹਵੇਲੀ ਨੂੰ ਕੀ ਬਣਾਇਆ ਹੋਏ? ਹਰ ਵੇਲੇ ਗੱਲਾਂ ਕਰਦਾ ਰਹਿੰਦਾ, ਆਪਣੀ ਵੀ ਪੈਦਾਇਸ਼ ਦਾ ਵਾਕਿਆ ਦੱਸਿਆ ਕਰ। ਕੀ ਜੀ? ਜਦੋਂ ਇਹ ਜੰਮਿਆ ਨਾ, ਹਾਂਜੀ, ਇਹਦੀ ਮਾਂ ਨੂੰ ਪੁੱਛਿਆ ਕੀ ਹੋਇਆ, ਕਹਿੰਦੇ ਸਮਝ ਨਹੀਂ ਲੱਗਦੀ, ਲੂਣ ਪਾਉਂਦੇ ਆ ਤੜਫੀ ਜਾਂਦਾ। ਮੈਂ ਬਚਪਨ ਚ ਡਾਂਸਰ ਸਾਂ, ਹੁਣ ਠੀਕ ਹੋਇਆ। ਇਹਦਾ ਮਤਲਬ ਕਿਸੇ ਡਾਂਸਰ ਨੇ ਕੰਮ ਵਿਖਾਇਆ? ਮੈਂ ਤੁਹਾਡੀ ਇੱਜ਼ਤ ਕਰਨ ਨੂੰ ਕਰਨੀ ਨਹੀਂ, ਮੈਂ ਚੌਧਰੀ ਆ ਲਾਂਤੀਆ, ਇੱਜ਼ਤ ਕਰੇਗਾ ਕਿਵੇਂ ਨਹੀਂ? ਮੈਂ ਕਿਹਾ ਚੌਧਰੀ ਸਾਹਿਬ। ਹਾਂ ਜੀ, ਉਹ ਕੌਣ ਨੇ? ਇਹ ਮੇਰੇ ਦਾਦਾ ਜੀ। ਇਹ ਸਿੰਘਾਂ ਵਾਲੇ ਨੇ? ਜੋ ਇਹਨਾਂ ਨੇ ਕਿਤੇ ਸਿੰਘ ਖੋਪਿਆ ਤਾਂ ਨਹੀਂ? ਇਹ ਇਹ ਕਿਸ ਤਰ੍ਹਾਂ ਮਰੇ ਸਨ? ਗੰਨੇ ਤੋਂ ਆਪਣੀ ਮੌਤ ਮਰੇ ਸਨ? ਅੱਛਾ, ਉਹ ਯਾਰ ਦੋ ਚੌਧਰੀ ਗੱਲਾਂ ਕਰਨ ਨੇ ਆਪਸ ਚ ਹੋ ਜਾਓ ਪਰੇ ਪਰੇ। ਓਏ ਬਿੱਟਾ ਚੌਧਰੀ,
तेरे वर्गे चौरी नहीं होंगे, चौरिया के खुशियां च तेरे वर्गे पतावे होंगे लातिया, चौरी बड़ी फिर रहा। और चौरी साहब तुम याद ही है वो पिछले महीने कुत्तियां दी दौड़ हुई सी। हाँ हाँ ये फर्स्ट आया सी। थोड़ा जिहा फर्क है, तुसी बूली हो मैं गुलटरी हां। मैं चौधरी हां, नाम सीगा चौधरी। चौधरी ने पानी दे असल गलो मोटा होना ही बगैर तो तू छुट्टी चले चल पर मारनी पिछले महीने असी अपनी मझ नू एदा मूंह बहाया, फिर ओने गोया ते नहीं बंद कीता, साह बंद कर लिया। बैठे रहना शायद रशियन हो जाए। मेरा छोना, मेरा चन्न, मेरा मशूक बन, मां ना बन। ओए नाश्ता कर ले। ओए खुराका मैं नहीं खानिया। ना ना घबरा ना, धनिए दी कड़ी दी बनाई है। तैनु धनिए दा भी पता है? मैनु ते पता है। अच्छा हां कि मैं ना प्यार दी गल, तू मैं ना प्यार करना है ना कस के कस वे नहीं, तू मेरे नाल प्यार करना है ना तका के तका वे नहीं। हां प्यार ना पूछनी है, प्यार करना है ना जोर के जोर। मैं प्यार ना पूछनी है, तेरी मेरी गल दी समझ नहीं आती। काला जिया काला नहीं वेखी दा। हां करतूता वेखी दी। हां इंज नहीं कही दा। और किंज कही दा? इंज। अच्छा हां ਅਵਾਲਾ ਨਹੀਂ ਕੀਤਾ ਹੀ ਇਹ ਤੇਲ ਲਾਓ ਤੇ ਖਲੋ ਜਾਂਦੇ ਨੇ। ਮੇਰਾ ਚੋਨੇ ਇੰਜ ਨਹੀਂ ਕਹਿੰਦਾ, ਇੰਜ ਨਾ ਕਰਿਆ ਕਰ। ਹਾਏ ਮੈਂ ਤੂੰ ਤੇ ਰੰਗ ਵੀ ਛੱਡਣਾ ਹੈ। ਸ਼ੁਕਰ ਕਰ ਸ਼ੁਕਰ ਕਰ, ਲੋਕ ਟਕਾ ਨਹੀਂ ਛੱਡਦੇ। ਮੇਰੇ ਲੋਕਾਂ ਨੇ ਕੀ ਮੇਰੀ ਗੱਲ ਤੇ ਮੇਰੇ ਸੱਜਣ ਨਾਲ ਲੈਣਾ। ਅੱਛਾ ਮੇਰਾ ਚੋਨਾ ਮੇਰਾ ਚੰਨ। ਅੱਛਾ चलो ड्रामे च मौजा बड़िया ने वैसे। चलो पिछो भी सोहनी। कबूतर मालक नू
कबूतरी ने मिलान आया है। तुसी बिल्कुल ठीक समझे हो, ए दरअसल एक कबूतरी है। कबूतरी बाऊ ए शहर नहीं पिंड है, एथे दे लोग सीधे साधे जरूर ने, पर एडे मासूम नहीं कि तुआडे शहरिया दे चक्कर ना समझ सकन। मैं शहरों पढ़ लिख के बहुत जरूर बन गया वहां, पर मैं जानना वहां मेरी औकात मेरी पहचान ते मेरी जात सिर्फ पेंडू है, ते पिंडा दे लोग सच नाल किन्नी मुहब्बत करदे ते झूठ नाल नफरत करदे ने, ते ए भी सच है कि मैं बकरी करदी है बाऊ ते छुरी थल्ले आ जांदी है। एस तो पहले हवेली दा कोई वारस आ के तेरी जुबान नु चुप ते साडियां अखां नु हजा दे जंदरे मार दे, अपनी कबूतरी चुप ते थो निकल जा। ठीक है मैं ते तानू बाऊ तू जो कहना चाहंदा है फिर कह ले, रानू दी गल ते अमल कर ते थो निकल। तुसी जिवें ठीक कहंदे हो शाली जी, मैं थोड़ी गल मनन नु तैयार हां। फड़िया जा यार। ठीक है जी जिवें तुसी कहंदे हो, रब राखा जी रब राखा जी। शालीए एस बहू दी अखां च जेड़ी तेरे प्यार दी चमक मैं देखी है ना, लगता है कि राजा बन के जुतियां जरूर खाएगा। जुतियां ते मैनूं लगदा फूमा ने खानी है। की होया अब्बा जी नूं ना मजाक करके ड्राइवर अब्बा जी वापस ही टुर गए सिर्फ देसी घ्यो तो डर के। हां मैं मान भेज गई हां। फूमा तेनूं इस तरह नहीं करना चाहिदा सी। किस तरह करना चाहिदा सी? सठा वाला किन्ना राजी होया है। जी आखा तेरे नाल एक गल करनी है। अच्छा हां एक मिनट खलो उस ने। कोई नहीं गा घर घर कोई नहीं ते फिर की करिए? तू दस ना की करिए? कोई एहो जिहा काम करिए लोकी सानू चुतियां मारन। ना हथ लाया कर, मेरे लूनू कंडे खलो जंदे ने। मम्मा हाँ तू चाहना की है वे? हैं तू की चाहना है? आ आओ गए ही एक ते पहले मेहनत चाह लेंदे। दस ना मम्मा तू की चाहना है? तू साडे रिश्ते करवाण डिया, तू साडा नाई है? मेरा भरा टेक बहया काम बनन डे। जी आखा मना जी जिहो जी तू हरकता करना ना, हाँ मैं ना तेरी चमड़ी उधेड़ देनी है। मेरी चमड़ी ला दे मेरी। ठीक है ला के ना हाँ दस्ताने बना के पाई फिर एंज करी दस्ताने अपने अबे नू ना दई। क्यों? उन्नु खुरक पई है। वे? हाँ? तेनु केड़ी चीज ने टिकन दें दी? है? तेनु केड़ी चीज टिकन नहीं दें दी? तेन ते सारा पता है विच्चों। वे निक गालते दस। केड़ी? ओ। उत्तो ना कोई आ जाए। तू समझता क्यों नहीं? मेरी गाल दे। इधर आ जा उन्नु। बंदा लेना ही दिल मेरा अपना मैंने दस की गल तनु अब्बा जी ने इना तालू का चढ़ाया ना, जेड़ा कोई मेहमान आंदा है जेड़ा कोई बल्लेदार आंदा है तू तालू का चढ़ जाना अभी क्या है उन्हूं? कुछ भी नहीं हथियार गुआई तो नहीं जाना कुछ भी नहीं क्या हाल नहीं तेरे रोन लग पई है क्यों रो रही है कुछ भी नहीं क्या देख देख वो कपड़े इस्त्री ने ना
ਸਾਡੀ ਮੰਗਣੀ
तेरा भी इंतजाम हो गया पुत्र, तेन मुबारक हो गए। अच्छा जी, मेरा एक यार मिले नाल दे पिंड दा। अच्छा, वो कहना जी साड़ी काली खोती बेवा हुई है, मरवाता ही ना फड़ के। आज मंगनी दा ऐलान करना, बारो मेहमान सारे ले आओ, आजा पुत्र बह जा। फिर कतलम्मा मैं देंगा खाने ही याद नाल, अपने आपस ही लगे रहो। खुशी का मौका है, भांड छड़ा छट भांड भी टीवी आर्टिस्ट भांड ने। अच्छा हां जी, आयो भंडो मौला राई सिर वाले मान जवानिया, सिर वाले तेरे सेरे तो मैं वारिया वे, सिर वाले नंग जाने लारिया वे ना रहने मानू खाने तेरे वाले सिरे वाले काले मूह वाले सिरे
ਰਸੀਆਂ ਵਾਲਿਆ ਦੋ ਮੌਲਾ ਵਾਲੇ ਖੈਰ ਬਾਗ ਲੱਗੇ ਰਹਿਣ ਸਰਕਾਰ ਆਹਾ ਹਾ ਸੁਭਾਨ ਅੱਲਾ ਚੌਧਰੀ ਦੇ ਪੁੱਤਰ ਦਾ ਵਿਆਹ ਹੀ ਉਹ ਵੰਡਾ ਮਾਸ਼ਾ ਅੱਲਾ ਆਹਾ ਹਾ ਚੌਧਰੀ ਦੇਖ ਲੈ ਜਿਵੇਂ ਡੀਜ਼ਲ ਪੀਣ ਵਾਲਾ ਖੋਤਾ ਹੁੰਦਾ ਆ ਖੈਰ ਹੋਵੇ ਸਰਕਾਰ ਬਿਸਮਿਲਾ ਅੱਲਾ ਜ਼ਿੰਦਗੀ ਕਰੇ ਆਹਾ ਹਾ ਚੌਧਰੀ ਵੇ ਇਹੋ ਜਿਹਾ ਚੌਧਰੀ ਆਵਾਰਾ ਗਾਵਾਂ ਨੂੰ ਟੀਕੇ ਲਾ ਕੇ ਰਾਤੀ ਦੁੱਧ ਚੋ ਲੈਂਦੇ ਨੇ ਖੈਰ ਹੋਵੇ ਜੀ ਚੌਧਰੀ ਸਾਹਿਬ ਬਿਸਮਿਲਾ ਵਾਹ 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 ਹਮਿਆਨੀ ਸਾਹਿਬ ਦਾ ਸੁਲਤਾਨ ਰਹੀ ਹੁੰਦਾ ਆਹਾ मैं गुस्से च तलाक दिती सी जीने चौधरी चौधरी का पुत्र का विआह चौधरी माशाला बड़ा गुस्से का सूर है इना गुस्से का सूर है एक बार मझ के को लंघ दिन छिटा पै गई इन्हें गल नहीं छी अद्धी रात आ गए पूछा तंदिया मड के गया चौधरानी वेख ले सांदे दी रसिया सुल्ताना हुंदी आ चौधरानी जी सेहत बड़ी अच्छी राती डंबल फेरदे रहे हो ਡੰਬਲ ਫੇਰਦੇ ਰਹਿਣੇ ਐਵੇਂ ਨਹੀਂ ਡੰਡ ਬਣੇ ਮਰੇ ਡੰਡ ਨੇ ਪਾਣੀ ਪੀਨਿਆ ਭੰਡਾ ਉਹ ਤੈਨੂੰ ਥੱਲਿਓ ਵੀ ਫੀਨੇ ਨਜ਼ਰ ਆਉਂਦਾ ਓਏ ਯਾਂ ਤੇ ਸਾਹਮਣੇ ਬੈਲੈਂਸ ਤੇ ਆ ਰਿਹਾ ਥੱਲਿਓ ਫੀਨਾ ਹੈ ਹੀ ਨਹੀਂ ਉਹ ਓਏ ਨਾ ਥੱਲਿਓ ਤੇਰਾ ਖੁੱਡਾ ਹੀ ਆ ਜਾ ਵਿੱਚ ਵੜ ਜਾ ਆ ਜਾ ਸਾਰੇ ਭੰਡ ਨੱਕ ਚਾੜ ਕੇ ਗੱਲ ਕਰਦੇ ਤੂੰ ਤੇ ਨੱਕ ਵੀ ਨਹੀਂ ਚੜਾ ਸਕਦਾ ਮੈਂ ਕਿ ਇਹ ਕੌਣ ਹੈ ਖਲੋ ਕੇ ਮੱਝਾਂ ਚੋਣ ਵਾਲਾ ਇਹ ਤਾਂ ਲਾਂਤੀ ਹੈ ਈਦ ਵਾਲੇ ਦਿਨ ਮੈਨੂੰ ਜੱਫੀ ਪਾਈ ਹੈ ਅੱਛਾ ਕਾਤੇ ਦਾ ਛੋਟਾ ਧੁੰਨੀ ਚੱਟਦਾ ਰਿਹਾ ਮੇਰੀ ਆ ਮੈਂ ਕਿ ਸਹੀ ਦੱਸੀ ਉਹ ਭਾਈ ਖਲੋ ਕੇ ਮੱਝਾਂ ਤੇ ਨਹੀਂ ਚੋਂਦਾ ਆਪਣੀਆਂ ਸਾਰੀਆਂ ਮੇਰੇ ਕੋਲੋਂ ਚੋਣੀ ਹਾਂ ठीक है मझा भी चोनिया नाल साडे संडे नु मालिश भी करनी आ ते जे प्यो दा पुत्तर है ते जिथे जिथे तक हाथ जांदा है करी जरूर मरे बंडा सुभान अल्लाह तेरा नाक वड्डा हो सकदा है किवें इनू कौमी तराना सुनाया करे ते विच खलो जाएगा तेरा भी कद वड्डा हो सकदा है किस तरह जे ताडे वल जावां ते दूजे बंदे लाड़े बनते ने जंजा आने घोड़िया कारा जदो इन्हे लाड़ा बनना जंज आनी है भूड से सारी जंज च पू पू कर दिया मेरे गा लाड़ा कितने पता लगे लाड़ा शोरे वाले डोंगे च डिगे शोरे तो याद आए तेरे प्यो का मेरा प्यो ना कर क्यों पहला भी एंजी मारिया
ਮੇਰਾ ਘਰ ਓਏ ਓਏ ਇਹ ਕੌਣ ਹੈ ਚੁੰਮੀਆਂ ਦੇ ਕੇ ਸਾਈਕਲ ਕਿਰਾਏ ਤੇ ਲੈਣ ਵਾਲਾ ਉਹ ਮਰੋ ਲਵੋ ਮੌਲਾ ਓਏ ਅਸੀਂ ਆਪਣੀ ਦਿਹਾੜੀ ਲਾਣ ਆਏ ਅੱਗੋਂ ਸਾਰੇ ਭੰਡ ਬੱਠੇ ਨਹੀਂ ਥੇ ਓਏ ਪੰਡਾ ਤੂੰ ਬੜਾ ਸਿਰ ਬੰਨਿਆ ਹੈ ਤੇਰਾ ਸਵਾ ਮਹੀਨਾ ਪੂਰਾ ਨਹੀਂ ਹੋਇਆ ਹੁਣ ਜਿਹੋ ਜਿਹਾ ਦੌਰ ਆ ਗਿਆ ਸਵਾ ਮਹੀਨਾ ਹੁੰਦਾ ਹੀ ਨਹੀਂ ਜਿਹੋ ਜਿਹੋ ਜਿਹਾ ਮੁੰਡੇ ਆਉਣ ਦਾ ਛੇ ਛੇ ਦਿਨਾਂ ਚ ਫਾਰਗ ਹਲਾ ਇਹ ਵੇ ਇਹ ਪਾਰਟੀ ਸਵਾ ਮਹੀਨੇ ਵਾਲੀ ਹੈ ਇਹ ਤੇ ਲਿਸ਼ ਮਾਰੋ ਤੇ ਬਾਹਰ ਆਹ ਉਹ ਪਿਆ ਜੇ ਸੁਭਾਅ ਚੌਧਰੀ ਆਪਣੀ ਬੁੱਢੀ ਦਾ ਗਾਣਾ ਸੁਣਨ ਆਏ ਆ ਮਰੇ ਸਿੱਧਾ ਹੋ ਬਿਸਮਿਲਾ ਜੀ ਖੈਰ ਚੌਧਰੀ ਜੀ ਬਿਸਮਿਲਾ ਅੱਲਾ ਖੈਰ ਕਰੇ ਇੰਨੀਆਂ ਕੁੜੀਆਂ ਪਾਈਆਂ ਜੀ ਕੋਈ ਡਿਫੈਂਸ ਚ ਬੰਗਲਾ ਵੀ ਲਿਆ ਜੇ ਉਹ ਭਾਈ ਉਹ ਕਿਹੜਾ ਭਾਈ ਅਸੀਂ ਭਾਂਡਾ ਅਸੀਂ ਭਾਈ ਨਹੀਂ ਡਿਫੈਂਸ ਚ ਬੰਗਲਾ ਨਹੀਂ ਲੈਣਾ ਸਾਨੂੰ ਪਿੰਡ ਚ ਜ਼ਿਆਦਾ ਡ
ਚਾਂਜ ਹੋਵੇ ਪਠਾਣਾ ਦੀ ਅੱਛਾ ਉਹ ਪੈਸੇ ਲੁਟਾਉਣ ਹਾਂ ਤੁਸੀਂ ਥੱਲੋਂ ਚੁੱਕ ਨਾ ਸਕੋ ਅਸੀਂ ਥੱਲਿਓਂ ਚੁੱਕ ਨਾ ਸਕੀਏ ਸਾਡੇ ਕੋਲ ਇੱਕ ਤਰੀਕਾ ਹੈ ਕੀ ਅਸੀਂ ਤੈਨੂੰ ਨਾਲ ਲੈ ਜਾਾਂਗੇ ਪਠਾਨ ਦੂਰ ਦੂਰ ਦੌੜ ਜਾਣਗੇ ਆ ਹਾਂ ਮੈਂ ਕਿਹਾ ਉਹ ਗੱਲ ਸੁਣਣਾ ਹਾਂ ਇਹ ਮੁੱਛਾਂ ਨਹੀਂ ਕਿ ਨੱਕ ਵਗੇ ਆਈ ਓਏ ਇੱਧਰ ਇੱਧਰ ਤੂੰ ਨੱਕ ਦੀ ਕਿਉਂ ਗੱਲ ਕਰਨਾ ਐਡਾ ਬਦਨਸੀਬ ਹੈ ਹਾਂ ਇਹ ਹਾਂਡੀ ਵੀ ਨਹੀਂ ਸੁੰਘ ਸਕਦਾ ਤੁਹਾਨੂੰ ਕੀ ਲੱਗੇ ਹਾਂਡੀਆਂ ਨਾਲ ਤੁਸੀਂ ਤੇ ਰੂੜੀਆਂ ਫੋਲ ਕੇ ਲੈ ਕੇ ਨਹੀਂ ਜਾਂਦੇ ਉਹ ਰੂੜੀ ਤੋਂ ਯਾਦ ਆਇਆ ਇਹ ਬੈਠੀ ਗੱਲ ਕਰ ਗੱਲ ਕਰ ਚੱਲ ਜਾ ਨਾ ਮਾਰ ਮੈਂ ਕੀ ਸੀ ਤੁਸੀਂ ਮੋਟਰ ਨੇ ਪਾਟ ਨੇ ਮੋਟੇ ਤੇ ਕਪੜਾ ਰੱਖਿਆ ਹੈ ਹਾਂ ਖਾਲੀ ਕਪੜਾ ਰੱਖਿਆ ਹੈ ਕਿ ਕੋਈ ਕੰਮ ਵੀ ਕਰਨਾ ਬੰਦ ਕਰਤਾ ਸੀ ਦੁਬਾਰਾ ਸ਼ੁਰੂ ਕਰ ਦਿੰਨੇ ਆ ਜੇ ਮਸ਼ੀਨਾਂ ਦਿਓ ਤੇ ਆ ਪੰਡਾ ਨਕਲਾ ਸੁਣਾਓ ਕੋਈ ਚੱਲ ਉਧਰ ਉਹ ਸੈਮੀ ਪੰਡਾ ਓਏ ਗੱਲ ਸੁਣ ਓਏ ਲਵੀ ਚੌਧਰੀ ਜੀ ਉਹ ਪੰਡੋ ਹਾਂ ਜੀ ਬੁਲਾਇ ਸਾਹਿਬ ਨੇ ਜਿਹੜੀ ਫਰਮਾਇਸ਼ ਕੀਤੀ ਉਹ ਪੂਰੀ ਕਰੋ ਓਹੀ ਗੱਲ ਹੈ ਮੈਂ ਕਿਹਾ ਚੌਧਰੀ ਜੀ ਚੌਧਰੀ ਜੀ ਇਹ ਚੁਦਰਾਣੀ ਬੜੀ ਉਦਾਸ ਹੋਈ ਖੈਰ ਏ ਬੜੀ ਚੁੱਪ ਚੁੱਪ ਬੈਠੀ ਅੱਜ ਬੋਲਣ ਨਹੀਂ ਡਈ ਅਸਲ ਮਤਲਬ ਹੈ ਤੇਰਾ ਮੈਂ ਅੱਗੇ ਬੋਲਦੀ ਰਹੀ ਸੁਭਾਨ ਅੱਲਾਹ ਜੀ ਅੱਲਾਹ ਜ਼ਿੰਦਗੀ ਦੇਖੇ ਨਾ ਮੂੰਹ ਚ ਫੁੱਲ ਚੜਨ ਡਏ ਨੇ ਚੌਧਰੀ ਜੀ ਤਾਂ ਬੋਲਦਾ ਲੱਗਦਾ ਥੁੱਕਾਂ ਆਉਣ ਡਈਆਂ ਨੇ ਲੈ ਵੀ ਪੰਡਾ ਮੈਂ ਕਿਹਾ ਚੁਦਰਾਣੀ ਉਦਾਸ ਏ ਅੱਛਾ ਲੱਗਦਾ ਅਸਲ ਚੌਧਰੀ ਨਹੀਂ ਆਇਆ ਓ ਮਾਰ ਜੀ जवाब तो दे चौधरी के दुआले हो बाकी भी समान पिया मैं थोड़ी भैन नूं तलाक तरी दित्ती हुण तुसीं दूजी वाली तलाक दित्ती एक वारी होर दिओ चुदराणी ते फर्क होवे ना विचों चौधरी नूं इन्ना को हसाना चौधरी खुश हो जाए फिर लै वी मैं बनना तेरी धी तू बन जा मेरा प्यो अच्छा होर असी की मेरा मैं मामे की दुआ ना लुने ਸੁਣਿਆ ਤੁਸੀਂ ਤੇ ਜੁਗਤਾਂ ਹੀ ਕਰਦੇ ਜੀ ਆ ਕਾਟੂ ਹਾਂ ਤੁਸੀਂ ਵੀ ਜੁਗਤਾਂ ਹੀ ਕਰਦੇ ਤਾਂ ਕੁਝ ਲੈ ਕੇ ਜਾਂਦੇ ਪਰ ਤੁਹਾਡਾ ਵੀ ਕੋਈ ਹਾਲ ਨਹੀਂ ਜੁਗਤਾਂ ਨਹੀਂ ਕਰਦਾ ਹਾਂ ਇਹ ਵਿਠਾ ਕਰਦਾ ਹਾਂ ਹਾਂ ਇਹ ਵਿਠਾ ਕਰਦਾ ਨਹੀਂ ਇਹ ਚੌਧਰੀ ਨੇ ਵਿਠ ਕੀਤੀ ਏ ਤੇ ਲੈ ਜਾ ਮਾਂ ਨੂੰ ਕਈ ਪਾਥੀਆਂ ਬਣਾ ਲੈ ਵਿਠ ਦੀਆਂ ਪਾਥੀਆਂ ਓ ਮੇਰੀ ਮਾਲ ਬੜਾ ਜਾਣਾ ਤੂੰ ਕੌਣ ਹੈ ਸੈਕੰਡ ਹੈਂਡ ਜਿੰਨ ਦੇ ਆ ਬੱਚਿਆ ਓਏ ਰੀਕੰਡੀਸ਼ਨ ਚੁੜੇਲ ਦੇ ਆ ਬੱਚਿਆ ਓ ਚੁੰਮੀਆਂ ਦੇ ਕੇ ਮਾਂ ਨੂੰ ਮਾਰਨ ਵਾਲੇ ਆ ਚੁੰਮੀਆਂ ਦੇ ਕੇ ਮਾਂ ਨੂੰ ਮਾਰਨ ਵਾਲੇ ਉਹੀ ਤੇਰੀ ਮਾਲ ਆ ਸਾ ਹਾਂ ਮੇਰੇ ਖੁਸ਼ ਕੀਤਾ ਹੀ ਹੈ ਆ ਵੇ ਪੰਡਾ ਪਰੇ ਦਫਾ ਉਹਨਾਂ ਨਾਲ ਰਲ ਜਾ ਜਾ ਚੱਲ ਲੈ ਵੀ ਪੰਡਾ ਇੱਧਰ ਨਾ ਭੇਜੀ ਕਿਉਂ ਅਸੀਂ ਆਪਣੇ ਕੱਢਣ ਨੇ ਚਲੋ ਚੌਧਰੀ ਜੀ ਵਿਆਹ ਕਿਦਾ
ਵਿਆਹ ਕਿਸੇ ਦਾ ਵੀ ਹੋ ਜਾਏ ਬਿਸਮਿਲ੍ਲਾ ਅੱਲਾ ਜ਼ਿੰਦਗੀਆਂ ਕਰੇ ਦੱਸੋ ਜੰਜ ਵਾਲੇ ਦਿਨ ਕਤਲ ਹੋਣਾ ਲਾੜਾ ਲੈ ਵੀ ਚਾਹੋ ਪੰਡਾ ਹਾਂ ਪੰਡਾ ਮੈਂ ਬਣਨਾ ਤੇਰੀ ਧੀ ਤੂੰ ਬਣ ਜਾ ਮੇਰਾ ਪਿਓ ਪਿਓ ਬਣ ਜੇ ਪਿਓ ਦਾ ਤੇ ਐ ਸ਼ਰਤ ਨਾਲ ਲਾ ਸਾਡੇ ਨਾਲ ਅੱਛਾ ਤਾਂ ਅਸੀਂ ਜਿਹਨੇ ਵੀ ਆ ਪਿਓ ਬਣ ਜਾਾਂਗੇ ਤੂੰ ਪੀਸ ਲਿਆ ਕਰੋ ਜਾ ਉਥੋਂ ਸੈਂਡਵਿਚ ਲਿਆ ਲੈ ਵੀ ਮੈਂ ਬਣਨਾ ਤੇਰੀ ਧੀ ਤੂੰ ਬਣ ਜਾ ਪਿਓ ਠੀਕ ਹੈ ਪਿਓ ਵੇ ਪਿਓ ਧੀਏ ਮੇਰਾ ਸੋਹਣਾ ਪਿਓ ਉਹ ਤੂੰ ਜੀਵੇਂ ਮੇਰਾ ਛੋਟਾ ਪਿਓ ਅੱਲਾ ਤੈਨੂੰ ਚੁੱਕੇ ਮੇਰਾ ਨਾਬਾਲਗ ਪਿਓ ਉਹ ਮਰੇ ਤੂੰ ਪਿਓ ਵੇ ਪਿਓ ਹਾਂ ਧੀਏ ਪਿਓ ਮੇਰਾ ਵਿਆਹ ਕਰਾ ਦੇ ਹੈ ਮੇਰਾ ਵਿਆਹ ਕਰਾ ਮੇਰਾ ਖਰਚਾ ਜ਼ਰੂਰ ਕਰਾਉਣਾ ਹੀ ਆਪ ਹੀ ਅੱਗੇ ਪਿੱਛੇ ਹੋ ਜਾ ਨਹੀਂ ਵੇ ਪਿਓ ਮੇਰਾ ਵਿਆਹ ਕਰਾ ਕਰਾ ਲਾ ਫਿਰ ਕਿੱਥੇ ਕਰਾ ਮੈਂ ਤਾਂ ਕਹਿੰਦਾ ਵਿਆਹ ਕਰਾ ਲਾ ਕਿਸੇ ਐਕਟਰ ਨਾਲ ਉਹ ਪਰਾਂ ਮਰਨ ਵੀ ਦੇ ਐਕਟਰਾਂ ਨੂੰ ਉਹ ਕਿਉਂ ਐਕਟਰਾਂ ਕੋਲ ਕੀ ਹੁੰਦਾ ਸੀ ਸਵਾਇ ਕੰਫੀਡੈਂਸ ਤੋਂ ਸਾਰੇ ਮਹੱਲੇ ਦਾ ਤੇ ਉਹਨਾਂ ਨੇ ਉਧਾਰ ਦੇਣਾ ਹੁੰਦਾ ਰੋਜ਼ ਨਵਾਂ ਰਸਤਾ ਲੱਭਦੇ ਨਹੀਂ ਇੱਧਰ ਨਹੀਂ ਜਾਣਾ ਪਰਚੂਨ ਵਾਲੇ ਦੇ ਦੇਣੇ ਨੇ ਇੱਧਰ ਨਹੀਂ ਜਾਣਾ ਸਬਜ਼ੀ ਵਾਲੇ ਦੇ ਦੇਣੇ ਨੇ ਨਾਲੇ ਐਕਟਰ ਦੀ ਕੋਈ ਇੱਜ਼ਤ ਨਹੀਂ ਉਹ ਕਿਉਂ ਇਹ ਬੜਾ ਮੁਨਾਫਕ ਮੁਆਸ਼ਰਾ ਕਿਸ ਤਰ੍ਹਾਂ ਇੱਥੇ ਐਕਟਰ ਦੀ ਇੱਜ਼ਤ ਨਹੀਂ ਕਰਦੇ ਕਿਸ ਤਰ੍ਹਾਂ ਮੂੰਹ ਤੇ ਕਰਨਗੇ ਵਾਹ ਜੀ ਵਾਹ ਬਾਅਦ ਚ ਕਹਿਣਗੇ ਜਾਨ ਦੇ ਕੰਜਰ ਨੇ ਆਹਾ ਬਾਅਦ ਚ ਬੜੇ ਅੱਛੇ ਐਕਟਰ ਹੋ ਤੁਸੀਂ ਆਵੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਹੋਰ ਨਾ ਕਹੀ ਸਾਨੂੰ ਲੈ ਵੀ ਪੰਡਾ ਹੋਰ ਕਿਧਰੇ ਵਿਆਹ ਕਰਾ ਮੇਰਾ ਫਿਰ ਵਿਆਹ ਕਰਾ ਲਾ ਕਿਸੇ ਪੁਲਿਸ ਵਾਲੇ ਨਾਲ ਉਹ ਰਹਿਣ ਵੀ ਦੇ ਪੁਲਿਸ ਉਹ ਕਿਉਂ ਉਹ ਅੱਜ ਕੱਲ ਆ ਫੌਜ ਕੋਲ ਡਰੀ ਲੈ ਵੀ ਪੰਡਾ ਅਖੀਰ ਤੂੰ ਮੇਰੇ ਇਸੇ ਹੀ ਆਉਣਾ ਵਧਾਈ ਲੈ ਵਧਾਈ ਲਓ ਵੇ ਪਿਓ ਲਓ ਉਹ ਆਪਣਾ ਚੌਧਰੀ ਜੀ ਕੁਝ ਦਿਓ ਵੀ ਓਏ ਉਹ ਚੌਧਰੀ ਨੇ ਤੂੰ ਨਹੀਂ ਚੌਧਰੀ ਕੀੜਿਆਂ ਦਾ ਆ ਫੁੰਮਣ ਹਾਂ ਇਹਨਾਂ ਨੂੰ ਬਾਹਰ ਲੈ ਜਾ ਕੇ ਕੁਝ ਦੇ ਇਹਨਾਂ ਨੂੰ ਆ ਤੁਹਾਨੂੰ ਪੱਠੇ ਪਾਵਾਂ ਮੈਂ ਕਿਹਾ ਫੁੰਮਣਾ ਹਾਂਜੀ ਇਹ ਕਿਹਦੇ ਕਿਹੜੀ ਫੋਟੋ ਹੀ ਇਹ ਬਾਬੇ ਹੋਰੀ ਨੇ ਇਹਨਾਂ ਨੇ ਮੇਲਿਆਂ ਤੇ ਭੇਡੂ ਉਹਨਾਂ ਲੜਾਉਂਦੇ ਸਾ ਓਏ ਉਹਨਾਂ ਦੇ ਦਾਦਾ ਜੀ ਨੇ ਇਹ ਤੁਹਾਡੇ ਦਾਦਾ ਜੀ ਨੇ ਹਾਂਜੀ ਉਹ ਤੇ ਚੰਗੇ ਭਰਾ ਨੇ ਤੁਹਾਡੀ ਅਰੀ ਕੀ ਮੌਤ ਪੈ ਗਈ ਸੀ ਕੀ ਹੋਇਆ ਉਹ ਪਿੱਛੇ ਲੜੇ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਆਹਾ ਚੱਲੇ ਸੁਭਾਨ ਲਾੜਾ ਚੱਲਿਆ ਲੱਗਦਾ ਤਿਆਰੀ ਫੜਨ ਚੱਲਿਆ ਆਹਾ ਲੈ ਜਾ ਇਹਨਾਂ ਨੂੰ ਲੈ ਵੇ ਚੌਧਰੀ ਅਸੀਂ ਚੱਲਿਆ ਕੋਈ ਦਿਓ ਅੱਲਾ ਦਾ ਨਾਂ ਜੇ ਜਾ ਦੇ ਇਹਨਾਂ ਨੂੰ ਓਏ ਆ ਤੁਹਾਨੂੰ ਦਿਆਂ ਕੀ ਦਿਆਂਗਾ ਆ ਚੱਲ ਬਾਹਰ ਜਾ ਕੇ ਹੌਸਲਾ ਦਿਆਂ ਤੁਹਾਨੂੰ ਜੋ ਤੇਰਾ ਦਿਲ ਕਰਨ ਲਿਆ ਉਹ ਨਹੀਂ ਲੈਣਾ ਸੀ ਲੈ ਲਓ ਜੀ ਚੌਧਰੀ ਜੀ ਸੈਰਿੰ ਸੈਰਿੰ ਅਸੀਂ ਚੱਲੇ ਆ ਸਰਕਾਰ ਤੁਸੀਂ ਬੁੱਢੀ ਕੋਲ ਜੁੱਤੀਆਂ ਖਾਂਦੇ ਰਹੋ ਖੈਰ ਹੋਇਆ ਇਹ ਕੀ ਹੋ ਰਿਹਾ ਗੋਲੀਆਂ ਕਿੱਥੇ ਚੱਲਣ ਦੀਆਂ ਨੇ ਗੋਲੀ ਕਿਹਨੇ ਚਲਾਈ ਉਹ ਫਿਕਰ ਵਾਲੀ ਕੋਈ ਗੱਲ ਨਹੀਂ ਅੱਬਾ ਉਹ ਮੇਰੇ ਯਾਰ ਦੋਸਤ ਮੇਰੀ ਮੰਗਲੀ ਦੀ ਖੁਸ਼ੀ ਚ ਫਾਇਰਿੰਗ ਕਰ ਰਹੇ ਨੇ ਫਾਇਰਿੰਗ ਉਹ ਮੈਂ ਤੇ ਘਬਰਾ ਹੀ ਗਿਆ ਮੈਂ ਕਿਹਾ ਸ਼ਾਇਦ ਦੁਸ਼ਮਣ ਨੇ ਵਾਰ ਨਾ ਕਰ ਦਿੱਤਾ ਹੋਵੇ ਪੁੱਤ ਓਏ ਅੱਬਾ ਜੀ ਕਿਸ ਤਰ੍ਹਾਂ ਦੁਸ਼ਮਣ ਵਾਰ ਕਰ ਸਕਦੇ ਨੇ ਹਾਂ ਜੀ ਹੁਣ ਸ਼ੋਗਲ ਮੇਲਾ ਨੇ ਬੜਾ ਹੋ ਗਿਆ ਮੇਰਾ ਖਿਆਲ ਹੈ ਕਿ ਰੂਬੀ ਦੀ ਤੇਰੀ ਮੰਗਣੀ ਦਾ ਐਲਾਨ ਕਰ ਦੇ ਬਿਲਕੁਲ ਉੱਥੇ ਆ ਜਾ ਚੌਧਰੀ ਉਹ ਮੇਰੇ ਘਰ ਫੂੜੀ ਬਚਾ ਕੇ ਓਏ ਆਪ ਖੁਸ਼ੀਆਂ ਮਨਾਉਣ ਲੱਗ ਪਏ ਕੀ ਗੱਲ ਕਰ ਰਹੇ ਆ ਗਾਮੂ ਅਸੀਂ ਤੇਰੀ ਗੱਲ ਦਾ ਮਤਲਬ ਨਹੀਂ ਸਮਝੇ ਤੂੰ ਕਹਿਣਾ ਕੀ ਚਾਹੁੰਦਾ ਓ ਤੇਰੇ ਕੋਲ ਮੈਂ ਜ਼ਮੀਨ ਦਾ ਟੋਟਾ ਛੁਡਾਉਣ ਆਇਆ ਸਾਂ ਓਏ ਉਹਦੇ ਬਦਲੇ ਮੈਨੂੰ ਮੇਰੇ ਪੁੱਤਰ ਦੇ ਕਬਰ ਦੀ ਥਾਂ ਦੇ ਦਿੱਤੀ ਓ ਕਿਹੋ ਜਿਹਾ ਇਨਸਾਫ ਕੀਤੀ ਚੌਧਰੀ ਕਿਹੋ ਜਿਹਾ ਇਨਸਾਫ ਕੀਤਾ ਈ ਸਾਡੇ ਇਨਸਾਫ ਤੇ ਸ਼ੱਕ ਨਾ ਕਰ ਗਾਮੂ ਅਸੀਂ ਤੇਰੀ ਗੱਲ ਦਾ ਮਤਲਬ ਅਜੇ ਵੀ ਨਹੀਂ ਸਮਝੇ ਕਿ ਤੂੰ ਕਹਿਣਾ ਕੀ ਚਾਹੁੰਦਾ ਓ ਜਿਸ ਪੁੱਤਰ ਨੂੰ ਸ਼ਹਿਰ ਪੜਾਉਣ ਲਈ ਜ਼ਮੀਨ ਗਿਰਵੀ ਰੱਖੀ ਸੀ अपना पुत्र मेरे पुत्र ਤੇਰੇ ਪੁੱਤਰ ਨੇ ਕਤਲ ਕੀਤਾ ਚੌਧਰੀ ਕਾਲੂ ਨੇ ਕਾਲੂ ਕਾਮੂ ਨੇ ਜਿਹੜਾ ਤੇਰੇ ਤੇ ਇਲਜ਼ਾਮ ਲਾਇਆ ਪੁੱਤਰ ਉਹ ਕਿਸ ਹੱਦ ਤੱਕ ਸੱਚ ਹੈ 100% ਠੀਕ ਹੈ ਅੱਬਾ ਜੀ ਤੇਰੇ ਪੁੱਤਰ ਨੂੰ ਮੈਂ ਕਤਲ ਕੀਤਾ ਨਾ ਪਰ ਮੈਂ ਕੋਈ ਸ਼ੱਕ ਨਾ ਜੋ ਦਾ ਕਤਲ ਤੂੰ ਕਿਉਂ ਕੀਤਾ ਦੱਸ ਦੋ ਜਿੱਤੇ ਮੈਂ ਕੀਤਾ ਸਾਰੀ ਜ਼ਿੰਦਗੀ ਲੋਕਾਂ ਦੇ ਕਤਲਾਂ ਦੇ ਫੈਸਲੇ ਕਰਦਾ ਰਿਹਾ ਸਭ ਨੂੰ ਸਜ਼ਾਵਾਂ ਦਿੰਦਾ ਰਿਹਾ ਓਏ ਅੱਜ ਪੁੱਤਰ ਮੁਜਰਮ ਬਣ ਕੇ ਸਾਹਮਣੇ ਆਇਆ ਤੇ ਤੇਰਾ ਇਨਸਾਫ ਡੋਲ ਕਿਉਂ ਗਿਆ ਚੌਧਰੀ ਆ ਮੈਨੂੰ ਦੱਸ ਓਏ ਲੋਕਾਂ ਨੂੰ ਕਤਲ ਦੀ ਸਜ਼ਾ ਤੇ ਕਤਲ ਹੀ ਦੇਣਾ ਸੀ ਓਏ ਤੇਰੇ ਪੁੱਤਰ ਦੀ ਸਜ਼ਾ ਕੀ ਹੈ ਉਹ ਹੋਈ ਸਜ਼ਾ ਹੈ ਜੋ ਸਦੀਆਂ ਤੋਂ ਇਸ ਹਵੇਲੀ ਚ ਮੁਜਰਮ ਨੂੰ ਮਿਲਦੀ ਆਈ ਹੈ ਖੂਨ ਦਾ ਬਦਲਾ ਸਿਰਫ ਖੂਨ ਹੈ ਨਾਸ਼ਾ ਨਾਸ਼ਾ ਕਿ
ਸੋਚਣਾ ਚਾਹੁੰਦੀ ਆ ਇਨਸਾਫ ਤੇਰੀ ਮਾਂ ਨੂੰ ਬੇਔਲਾਦ ਨਾ ਕਰ ਦੇਵੇ ਨਾ ਜਾ ਕਾਲੂ ਨਾ ਜਾ ਜਦਰਾਣੀ ਮਾਂ ਮਨਸਬ ਖਾਵਾਂ ਦੀ ਬੀਵੀ ਹੋ ਕੇ ਪੁੱਤਾਂ ਨੂੰ ਕੀ ਸਬਕ ਦੇ ਰਹੀ ਹੈ ਜੇ ਮੈਂ ਨਸ ਗਿਆ ਤੇ ਲੋਕ ਅਫਸੋਸ ਕਰਨਗੇ ਜੇ ਨਾ ਇਨਸਾਫੀ ਹੋਈ ਤੇ ਲੋਕ ਥੂ ਥੂ ਕਰਨਗੇ ਅੱਜ ਮੈਂ ਹੀ ਦੱਸਣਾ ਚਾਹੁੰਦਾ ਚੌਧਰੀ ਪਿਓ ਨੂੰ ਕਿ ਉਹ ਜੋ ਅੱਜ ਤੱਕ ਇਨਸਾਫ ਕਰੀ ਬੈਠਾ ਅੱਜ ਮੈਂ ਉਹਦੇ ਨਾਲ ਇਹੋ ਜਿਹਾ ਇਨਸਾਫ ਕਰਾਂਗਾ ਕਿ ਸਾਰੀ ਜ਼ਿੰਦਗੀ ਦੀਵਾਰਾਂ 'ਚ ਮੂੰਹ ਕਹਿ ਦੇ ਕੇ ਰੋਏਗਾ ਰੋਏਗਾ ਸੱਚੇ ਤੇ ਆਪ